ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਮੁਲਾਕਾਤ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਹਾਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋ ਕੇ ਹਟਿਆ ਔਰ ਪੰਜਾਬ ਸਰਕਾਰ ਨੇ ਜੋ ਬਜਟ ਪੇਸ਼ ਕੀਤਾ, ਦਾਅਵਾ ਇਹ ਕੀਤਾ ਜਾ ਰਿਹਾ ਕਿ ਇੰਨੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਬਿਨਾਂ ਕੋਈ ਨਵਾਂ ਟੈਕਸ ਲਗਾਇਆ ਹੋਇਆ ਲੋਕਾਂ ਨੂੰ ਰਾਹਤ ਦੇਣ ਵਾਲਾ ਇਹ ਬਜਟ ਪੇਸ਼ ਕੀਤਾ ਗਿਆ। ਆਮ ਤੌਰ 'ਤੇ ਹੀ ਇਹ ਧਾਰਨਾ ਵੀ ਬਣੀ ਹੋਈ ਹੈ, ਜਦੋਂ ਵੀ ਕੋਈ ਛੋਟੀ ਜਾਂ ਵੱਡੀ ਇਲੈਕਸ਼ਨ ਨੇੜੇ ਹੋਵੇ, ਭਾਵੇਂ ਉਹ ਕੇਂਦਰ ਦਾ ਬਜਟ ਹੋਵੇ ਜਾਂ ਕਿਸੇ ਸੂਬੇ ਦਾ ਬਜਟ ਹੋਵੇ, ਤਾਂ ਉਹ ਲੋਕ ਲੁਭਾਵਾਂ ਬਜਟ ਹੁੰਦਾ। ਉਹਨਾਂ ਦੀ ਆਸ ਉਮੀਦ ਰਹਿੰਦੀ ਹੈ ਕਿ ਲੋਕਾਂ ਨੂੰ ਜਿੰਨੀਆਂ ਰਾਹਤ ਦੇ ਸਕਦੇ ਹਾਂ ਦਈਏ, ਤਾਂ ਹੀ ਸਾਨੂੰ ਵੋਟਾਂ ਮਿਲਣਗੀਆਂ। ਅਜਿਹੇ ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਉਸ ਦੇ ਵਿੱਚ ਲੋਕਾਂ ਨੂੰ ਕਿੰਨੇ ਕਲਾਹੇ ਨੇ, ਮੁਲਾਜ਼ਮਾਂ ਲਈ ਕੀ ਕੁਛ ਰੱਖਿਆ ਗਿਆ, ਸਿਹਤ ਲਈ ਕੀ ਕੁਛ ਰੱਖਿਆ, ਸਿੱਖਿਆ ਲਈ ਕੀ ਰੱਖਿਆ, ਕਿਸਾਨਾਂ ਲਈ ਕੀ ਰੱਖਿਆ। ਸਰਕਾਰ ਤਾਂ ਇਹ ਦਾਅਵਾ ਕਰਦੀ ਹੈ ਕਿ ਹਰ ਵਰਗ ਲਈ ਅਸੀਂ ਕੁਛ ਨਾ ਕੁਛ ਰੱਖਿਆ, ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਆ। ਇਸੇ ਰਾਹਤ ਦੇ ਵਿੱਚ ਇੱਕ ਵੱਡੀ ਰਾਹਤ ਇਹ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਕਿ ਪੈਟਰੋਲ ਡੀਜ਼ਲ ਦੇ ਰੇਟ ਘੱਟ ਕਰ ਦਿੱਤੇ ਗਏ ਨੇ ਔਰ ਇਸ ਦਾ ਸਿੱਧੇ ਅਸਿੱਧੇ ਤਰੀਕੇ ਨਾਲ ਹਰ ਵਰਗ ਨੂੰ ਅਸਰ ਪਏਗਾ। ਆਖਿਰਕਾਰ ਇਹ ਸਾਰੇ ਅੰਕੜਿਆਂ ਦਾ ਜਿਹੜਾ ਖੇਡ ਹੈ ਇਹ ਆਮ ਲੋਕਾਂ ਤੱਕ ਸਮਝਾਉਣ ਦੇ ਲਈ ਅਸੀਂ ਖਾਸ ਮੁਲਾਕਾਤ ਲੈ ਕੇ ਆਏ ਹਾਂ। ਸਾਡੇ ਨਾਲ ਅੱਜ ਮੌਜੂਦ ਨੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਜੋ ਸਾਨੂੰ ਅੰਕੜਿਆਂ ਦੇ ਖੇਡ ਦੇ ਵਿੱਚ ਦੱਸਣਗੇ ਕਿ ਇਹ ਜਿਹੜੇ ਤੱਥ ਪੇਸ਼ ਕੀਤੇ ਜਾਂਦੇ ਨੇ, ਕੀ ਤੱਥ ਪੇਸ਼ ਕਰਨ ਵੇਲੇ ਵਸੀਲਿਆਂ ਦਾ ਧਿਆਨ ਰੱਖਿਆ ਚਾਹੀਦਾ ਜਾਣਾ ਚਾਹੀਦਾ ਕਿ ਨਹੀਂ, ਜਿੰਨੇ ਕੁ ਵਸੀਲੇ ਨੇ ਜੇ ਖਰਚੇ ਉਸ ਤੋਂ ਵੱਧ ਨੇ ਤਾਂ ਉਹ ਪੂਰੇ ਕਿਵੇਂ ਹੋਣਗੇ, ਇਹ ਬੜੇ ਸਾਰੇ ਸਵਾਲ ਨੇ। ਬਹੁਤ ਬਹੁਤ ਸਵਾਗਤ ਹੈ ਢੀਂਡਸਾ ਸਾਹਿਬ ਤੁਹਾਡਾ। ਧੰਨਵਾਦ ਹਰਪ੍ਰੀਤ ਜੀ। ਕਿਉਂਕਿ ਮੈਂ ਢੀਂਡਸਾ ਸਾਹਿਬ ਨੂੰ ਇਸ ਲਈ ਲੈ ਕੇ ਆਇਆ ਕਿਉਂਕਿ ਖਜ਼ਾਨਾ ਮੰਤਰੀ ਰਹੇ ਨੇ, ਤੱਥਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਪੰਜਾਬ ਦੇ ਹਾਲਾਤ ਕਿੰਨੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਨੇ, ਕਮਾਈ ਕਿੰਨੀ ਹੈ, ਖਰਚੇ ਕਿੰਨੇ ਨੇ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ। ਢੀਂਡਸਾ ਸਾਹਿਬ, ਸਭ ਤੋਂ ਪਹਿਲਾ ਸਵਾਲ, ਸਰਕਾਰ ਇਹ ਦਾਅਵਾ ਕਰਦੀ ਹੈ ਕਿ ਇੰਨੀ ਤੰਗੀ ਤਰਸ਼ੀ ਦੇ ਬਾਵਜੂਦ ਅਸੀਂ ਬਜਟ ਪੇਸ਼ ਕੀਤਾ, ਉਸ ਬਜਟ ਦੇ ਵਿੱਚ ਹਰ ਵਰਗ ਨੂੰ ਕੁਛ ਨਾ ਕੁਛ ਦੇਣ ਦੀ ਕੋਸ਼ਿਸ਼ ਕੀਤੀ ਔਰ ਕੋਈ ਨਵਾਂ ਟੈਕਸ ਨਹੀਂ ਲਗਾਇਆ, ਰਾਹਤ ਇੱਕ ਵੱਡੀ ਪੈਟਰੋਲ ਡੀਜ਼ਲ ਦੇ ਰੇਟ ਦੇ ਵਿੱਚ ਵੀ ਦਿੱਤੀ ਹੈ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਗੱਲ ਇਹ ਹੈ ਵੀ ਬਜਟ ਤਾਂ ਜੇ ਆਪਾਂ ਨਿਚੋੜ ਕੱਢੀਏ ਤਾਂ ਸਾਲ ਦੇ ਅਖੀਰ 'ਚ ਨਿਕਲਦਾ ਵੀ ਜਿਹੜਾ ਬਜਟ ਸਰਕਾਰ ਨੇ ਪੇਸ਼ ਕੀਤਾ ਉਹਦੇ 'ਚੋਂ ਕਿੰਨੇ ਵਾਅਦੇ ਪੂਰੇ ਹੋਏ ਨੇ, ਕਿੰਨੇ ਅਧੂਰੇ ਰਹਿ ਗਏ, ਕਿੰਨਾ ਉਹਨਾਂ ਨੇ ਰੈਵਨਿਊ ਦਿਖਾਇਆ ਸੀ, ਕਿੰਨਾ ਅਸਲ ਦੇ ਵਿੱਚ ਕਿੰਨਾ ਇਕੱਠਾ ਹੋਇਆ, ਅਤੇ ਜਿਹੜੀ ਪਲੈਨ ਹੈ ਜਿਹੜਾ ਉਹਦੇ 'ਚ ਕਿੰਨੀ ਕਟੌਤੀ ਲੱਗੀ ਹੈ। ਸੋ ਅੱਜ ਸਰਕਾਰ ਨੇ ਬਜਟ ਦੇ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਨੇ, ਪਰ ਉਹਨਾਂ ਨੇ ਬਜਟ 'ਚ ਵਾਅਦੇ ਕਰਨ ਦੇ ਨਾਲ ਬਹੁਤ ਕੁਛ ਲੁਕੋਇਆ। ਉਹ 'ਚ ਅਸੀਂ, ਮੈਂ ਬਜਟ ਦੇ ਡਿਸਕਸ਼ਨ ਦੇ ਵਿੱਚ ਵੀ ਇਹ ਗੱਲ ਰੱਖੀ ਸੀ ਵੀ ਸਰਕਾਰ ਨੇ ਜੋ ਦਿਖਾਇਆ ਉਹ ਕੁਛ ਹੋਰ ਹੈ ਪਰ ਅਸਲੀਅਤ ਕੁਛ ਹੋਰ ਹੈ। ਕਿਵੇਂ? ਦੇਖੋ, ਗੱਲ ਇਹ, ਪਹਿਲੀ ਗੱਲ ਤਾਂ ਜਿਹੜਾ ਹੈ ਤੁਹਾਡਾ ਆਪਦੇ ਜੋ ਸਾਧਨ ਨੇ ਉਹਨਾਂ ਤੋਂ ਕਿੰਨੀ ਤੁਸੀਂ ਪੈਸਾ ਇਕੱਠਾ ਕਰਦੇ ਹੋ, ਵਸੀਲੇ ਕਿੰਨੇ ਇਕੱਠੇ ਹੋ ਰਹੇ ਹੈ। ਅਤੇ ਪਿਛਲੀ ਵਾਰ ਵੀ ਅਸੀਂ ਇਹ ਕਿਹਾ ਸੀ ਵੀ ਤੁਸੀਂ ਆਪਦੇ ਜਿਹੜੇ ਵਸੀਲੇ ਨੇ ਉਹ ਵੱਧ ਦਿਖਾਏ ਨੇ, ਇਹ ਤੁਹਾਡੇ ਪੂਰੇ ਨਹੀਂ ਹੋਣੇ। ਸਰਕਾਰ ਦੀਆਂ ਜਿਹੜੇ 3-4 ਸੋਰਸ ਵੱਡੇ ਹੁੰਦੇ ਨੇ, ਉਹਦੇ 'ਚ ਇੱਕ ਹੁੰਦੀ ਐਕਸਾਈਜ਼ ਦੇ ਵਿੱਚ ਇਹ ਤਕਰੀਬਨ ਆਪਣਾ 600-700 ਕਰੋੜ ਰੁਪਈਆ ਇਹਨਾਂ ਦੀ ਆਮਦਨ ਘੱਟ ਹੋਈ ਹੈ, ਜਿੰਨਾ ਟਾਰਗੇਟ ਸੀ ਉਹਦੇ ਨਾਲੋਂ। ਠੀਕ ਹੈ। ਫਿਰ ਅਗਲਾ ਹੁੰਦਾ ਹੈਗਾ ਸਟੈਂਪ ਡਿਊਟੀ ਐਂਡ ਰਜਿਸਟ੍ਰੇਸ਼ਨ, ਉਹਦੇ 'ਚ ਵੀ 300-400 ਕਰੋੜ ਰੁਪਈਆ ਇਹਨਾਂ ਦਾ ਜਿੰਨਾ ਇਹਨਾਂ ਨੇ ਦਿਖਾਇਆ ਸੀ ਉਹਦੇ ਨਾਲੋਂ ਘੱਟ ਹੋਇਆ। ਫਿਰ ਜਿਹੜਾ ਹੁੰਦਾ ਹੈਗਾ ਜਿਹੜੀਆਂ ਅਦਰ ਸੋਰਸਿਸ ਜਿਵੇਂ ਸਟੇਟਸ, ਉਹ ਨੋਨ ਟੈਕਸ ਰੈਵਨਿਊਜ਼ ਹੁੰਦੇ ਨੇ, ਉਹ ਨੋਨ ਟੈਕਸ ਰੈਵਨਿਊਜ਼ ਨੇ ਜਿਹੜੇ, ਉਹਦੇ 'ਚ ਮਾਈਨਿੰਗ ਵੱਡਾ ਹੁੰਦਾ, ਉਹ 'ਚ ਇਹਨਾਂ ਨੇ 300 ਕਰੋੜ ਰੁਪਏ ਦੀ ਆਮਦਨ ਦਿਖਾਈ ਸੀ, ਅਸਲ ਦੇ ਵਿੱਚ ਕੁੱਲ 32 ਕਰੋੜ ਹੋਈ। ਐਡਾ ਫਰਕ, ਇੰਨਾ ਵੱਡਾ ਫਰਕ। ਫਿਰ ਇਹਨਾਂ ਨੇ ਜਿਹੜਾ ਹੈ ਇੱਕ 1500 ਕਰੋੜ ਰੁਪਈਆ ਪ੍ਰੋਫੈਸ਼ਨਲ ਟੈਕਸ ਲਾਇਆ ਸੀ, ਜਿਹਦੇ ਵਿੱਚ ਸਾਰੇ ਵੀ ਮੁਲਾਜ਼ਮ ਅਤੇ ਜਿਹੜੇ ਪ੍ਰੋਫੈਸ਼ਨਲਸ ਨੇ ਜਿਹੜੇ ਕੋਈ ਆਪਦਾ ਪ੍ਰੋਫੈਸ਼ਨਲ ਕਿੱਤਾ ਕਰਦੇ ਆ ਉਹਨਾਂ 'ਤੇ ਟੈਕਸ ਲਾਇਆ ਸੀ ਸਲਾਨਾ, ਆਈ ਥਿੰਕ ਹਾਂ 2400 ਰੁਪਏ ਸਲਾਨਾ। ਅਤੇ ਉਹਦੇ 'ਚੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ 1500 ਕਰੋੜ ਸਾਨੂੰ ਇਕੱਠਾ ਹੋਏਗਾ, ਪਤਾ ਨਹੀਂ ਕਿਹਨੇ ਇਹਨਾਂ ਨੂੰ ਆਂਕੜੇ ਇਕੱਠੇ ਕਰਕੇ ਦਿੱਤੇ, ਉਹਦੇ 'ਚੋਂ ਕੁੱਲ 52 ਕਰੋੜ ਰੁਪਏ ਇਕੱਠਾ ਹੋਇਆ। ਸੋ ਇਸ ਲਈ ਟਾਰਗੇਟਸ ਤੋਂ ਜਦ ਸਰਕਾਰ ਮਿਸ ਕਰਦੀ ਹੈ ਜਾਂ ਓਵਰ ਐਸਟੀਮੇਟ ਕਰਦੀ ਹੈ ਤਾਂ ਉਹਦਾ ਫਿਰ ਅਲਟੀਮੇਟਲੀ ਪਲਾਨ ਦੇ ਉੱਤੇ ਫਰਕ ਪੈਂਦਾ ਹੈ ਵੀ ਜਿਹੜੀਆਂ ਸਕੀਮਾਂ ਉਹ ਬਜਟ ਵਿੱਚ ਦਿਖਾਈਆਂ ਹੁੰਦੀਆਂ ਵੀ ਅਸੀਂ ਆਹ ਲਾਗੂ ਕਰਾਂਗੇ, ਉਹਦੇ 'ਚੋਂ ਕੋਈ ਲਾਗੂ ਨਹੀਂ ਹੁੰਦੀ। ਉਹੀ ਪਿਛਲੇ ਮਹਿੰਦੀ ਪਾਸੇ 'ਚ ਮੈਂ ਸਮਝਣਾ ਚਾਹੁੰਦਾ, ਜਿਹੜੇ ਟਾਰਗੇਟ ਰੱਖੇ ਗਏ ਨੇ ਜਦੋਂ ਟਾਰਗੇਟ ਅਚੀਵ ਨਹੀਂ ਹੁੰਦੇ ਤਾਂ ਬਜਟ ਦੇ ਵਿੱਚ ਜੋ ਕੁਛ ਐਲਾਨ ਕੀਤਾ ਜਾਂਦਾ ਇਹ ਦਿਆਂਗੇ ਉਹ ਪੂਰਾ ਨਹੀਂ ਹੋ ਸਕਦਾ। ਉਹ ਕਿਵੇਂ ਪੂਰਾ ਹੋਏਗਾ? ਕਿਉਂਕਿ ਜੇ ਤੁਸੀਂ ਪੈਸੇ ਨਾਲ ਹੀ ਕੋਈ ਸਾਰਾ ਹੋਏਗਾ ਨਾ, ਇੱਕ ਬੈਲੈਂਸ ਬਜਟ ਹੁੰਦਾ, ਇੱਕ ਪਾਸੇ ਆਮਦਨ ਇੱਕ ਪਾਸੇ ਖਰਚੇ। ਸੋ ਅਸੀਂ ਕਿੰਨੀ ਕੁ ਅਨੁਮਾਨਿਤ ਆਮਦਨ ਹੋਣੀ ਹੈ ਉਹ ਲਾਉਂਦੇ ਹਾਂ ਅਤੇ ਕਿੰਨਾ ਕੁ ਅਨੁਮਾਨਿਤ ਖਰਚਾ। ਸੋ ਜਿੰਨੀ ਕੁ ਅਨੁਮਾਨਿਤ ਆਮਦਨ ਨਾਲੋਂ ਘੱਟ ਹੁੰਦੀ ਹੈ ਉਹਦੇ ਵਿੱਚ ਅਸਲ ਤੌਰ 'ਤੇ ਉਹ ਜਿਹੜਾ ਪਲਾਨ ਹੈ ਜਿਹੜਾ ਸਾਡੇ ਡਿਵੈਲਪਮੈਂਟ ਸਕੀਮਸ ਨੇ ਜਾਂ ਵੈਲਫੇਅਰ ਸਕੀਮਸ ਨੇ ਉਹ ਸਾਰੀਆਂ ਹਿੱਟ ਹੁੰਦੀਆਂ, ਕਿਉਂਕਿ ਕਈ ਖਰਚੇ ਨੇ ਜਿਹੜੇ ਉਹਨਾਂ ਨੂੰ ਸਾਨੂੰ ਕਰਨਾ ਹੀ ਪੈਣਾ, ਜਿਵੇਂ ਵਿਆਜ ਹੈ ਜਿਹੜਾ ਉਹ ਦੇਣਾ ਉਹ ਦੇਣਾ ਹੀ ਪੈਣਾ ਹੈਗਾ, ਕਿਸ਼ਤ ਜਿਹੜੀ ਮੋੜਨੀ ਹੈ ਉਹ ਮੋੜਨੀ ਹੀ ਮੋੜਨੀ ਹੈ, ਤਨਖਾਹਾਂ ਦੇਣੀਆਂ ਦੇਣੀਆਂ ਨੇ, ਸਬਸਿਡੀ ਦੇਣੀ ਦੇਣੀ ਹੈ। ਉਹ ਜਦ
ਕੁਛ ਤਾਂ ਫਿਕਸ ਹੋ ਜਾਂਦੇ, ਬਾਕੀ ਪਲਾਨ ਜਿਹੜੀ ਫਲੈਕਸੀਬਿਲਿਟੀ ਹੁੰਦੀ ਹੈ ਉਹ ਸਾਡੀ ਪਲਾਨ 'ਚ ਹੁੰਦੀ ਹੈ, ਅਤੇ ਉਹਨੇ ਹੀ ਜਿਹੜਾ ਸਾਡਾ ਪਲਾਨ ਹੈ ਵੈਸੇ ਬਜਟ ਦੇ ਵਿੱਚ ਫਲੈਕਸੀਬਿਲਿਟੀ ਕਿੰਨੀ ਕੁ ਰੱਖੀ ਜਾਂਦੀ ਹੈ ਇੱਕ ਜਦੋਂ ਤੁਸੀਂ ਬਜਟ ਬਣਾਉਂਦੇ ਹੋ, ਤੁਸੀਂ ਵੀ ਖਜ਼ਾਨਾ ਮੰਤਰੀ ਰਹੇ ਹੋ, ਤੁਸੀਂ ਕਿੰਨਾ ਕੁ ਰਿਲੈਕਸੇਸ਼ਨ ਰੱਖ ਕੇ ਚੱਲਦੇ ਹੋ ਕਿ ਆਹ ਸਾਡੇ ਵਸੀਲੇ ਨੇ 5-7-10% ਇੱਧਰ ਉੱਧਰ ਹੋ ਸਕਦੇ ਨੇ ਪਰ ਵੱਡਾ ਗੈਪ ਨਹੀਂ ਆ ਸਕਦਾ, ਕਿੰਨਾ ਕੁ ਮਾਰਜਨ ਹੁੰਦਾ? 10% ਤਾਂ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ 6-10% ਤਾਂ ਗਰੋਥ ਹੀ ਦਿਖਾਉਂਦੇ ਹਾਂ ਐਵਰੇਜਲੀ ਜੀ, ਜੇ ਉਹੀ 10% ਦੀ ਵੇਰੀਏਸ਼ਨ ਰਹਿ ਗਈ ਫਿਰ ਤਾਂ ਬਹੁਤ ਵੱਡੀ ਹੈ, ਫਿਰ ਤਾਂ ਤੁਹਾਡਾ ਕੋਈ ਆਮਦਨ ਵਧੀ ਨਾ, ਫਿਰ ਤਾਂ ਟੋਟਲੀ ਹਿੱਟ ਹੋ ਜਾਏਗੀ। ਆਮ ਤੌਰ 'ਤੇ ਮੈਂ ਸਮਝਾਂ 2-3% ਵੇਰੀਏਸ਼ਨ ਬਜਟ ਦੇ ਵਿੱਚ ਹੋ ਸਕਦੀ ਹੈ, ਪਰ ਉਹ ਵੀ ਜੇ ਬਜਟਰੀ ਆਪਾਂ ਦੇਖੀਏ ਕਾਫੀ ਵੱਡੀ ਹੁੰਦੀ ਹੈ, ਪਰ ਜੇ ਉਸ ਤੋਂ ਵੱਧ ਜੇ ਫਿਰ ਸਾਡੀਆਂ ਪਲਾਨ ਸਕੀਮਸ ਨੇ ਜਿਹੜੀਆਂ ਉਹਨਾਂ 'ਤੇ ਜ਼ਿਆਦਾ ਵੱਡਾ ਉਹਦਾ ਅਸਰ। ਜਿਹੜਾ ਇਸ ਵਾਰ ਬਜਟ ਪੇਸ਼ ਕੀਤਾ ਗਿਆ, ਅਸੀਂ ਬਜਟ ਦੇ ਅੰਕੜੇ ਦੇਖਦੇ ਹਾਂ ਤਾਂ ਅੰਕੜੇ ਹੈਰਾਨ ਕਰਨ ਵਾਲੇ ਹੁੰਦੇ ਨੇ ਕਿ 1228 ਕਰੋੜ ਰੁਪਇਆ ਐੱਸ ਸੀ ਬੀ ਸੀ ਵਰਗ ਦੇ ਲਈ ਰੱਖਤਾ, ਪੇਂਡੂ ਵਿਕਾਸ ਲਈ 4100 ਕਰੋੜ ਰੁਪਇਆ, ਸਮਾਰਟ ਵਿਲੇਜ ਕੰਪੇਨ ਲਈ 2600 ਕਰੋੜ ਰੁਪਇਆ, ਐਡਾ ਕੁਛ ਰੱਖਿਆ ਗਿਆ, ਇੰਨੇ ਰੁਪਏ ਖਰਚਣ ਦੀ ਗੱਲ ਕੀਤੀ ਜਾ ਰਹੀ ਹੈ, ਕੀ ਇਹਦੇ ਅਕੋਰਡਿੰਗ ਵਸੀਲੇ ਦਿਖਾਏ ਗਏ ਹੋਣਗੇ ਤਾਂ ਹੀ ਇਹ ਬਣਾਇਆ ਗਿਆ? ਦੇਖੋ ਵਸੀਲੇ ਤਾਂ ਉਹ ਦਿਖਾਉਂਦੇ ਨੇ, ਪਰ ਉਹ ਵਸੀਲੇ ਉਹਨਾਂ 'ਚੋਂ ਕਿੰਨੇ ਪੂਰੇ ਹੁੰਦੇ ਨੇ ਉਹ 'ਤੇ ਡਿਪੈਂਡ ਕਰੇਗਾ ਵੀ ਬਜਟ ਕਿੰਨਾ ਲਾਗੂ ਹੁੰਦਾ। ਜਿਵੇਂ ਪਿਛਲੇ ਸਾਲ ਮੈਂ ਦੱਸਿਆ ਵੀ ਬਹੁਤ ਵੱਡਾ ਸ਼ਾਰਟਫਾਲ ਰਿਹਾ ਬਜਟ ਦੇ ਵਿੱਚ, ਉਹਦੇ ਕਰਕੇ ਬਹੁਤੀਆਂ ਸਕੀਮਾਂ ਸਰਕਾਰ ਜਿਹੜੇ ਵਾਅਦੇ ਕੀਤੇ ਸੀ ਉਹ ਨਹੀਂ ਲਾਗੂ ਕਰ ਸਕੀ, ਜਿਹੜੀ ਨਵੀਂ ਕੋਈ ਜਿਹੜੀਆਂ ਪ੍ਰੋਗਰਾਮ ਸ਼ੁਰੂ ਕੀਤੇ ਸੀ ਉਹਨਾਂ 'ਚ ਇੱਕ ਵੀ ਲਾਗੂ ਨਹੀਂ ਕਰ ਸਕੇ, ਉਹ ਇੱਕ ਵੀ ਨਵਾਂ ਪ੍ਰੋਗਰਾਮ ਜਿਹੜਾ ਸ਼ੁਰੂ ਨਹੀਂ ਕਰ ਸਕੇ, ਬੜੇ ਅਨਾਊਂਸ ਕੀਤੇ। ਅੱਛਾ, ਜਿਹੜੀ ਤੁਸੀਂ ਟਾਰਗੇਟ ਦੀ ਗੱਲ ਕੀਤੀ ਹੈ, ਟਾਰਗੇਟ ਜਿਹੜਾ ਅਚੀਵ ਨਹੀਂ ਹੁੰਦਾ ਉਹਦੇ ਪਿੱਛੇ ਕਾਰਨ ਜਾਂ ਤਰਕ ਕੀ ਹੁੰਦਾ? ਉਹਦੇ ਤਾਂ ਸਰਕਾਰ ਦੀ ਕਿਤੇ ਨਾ ਕਿਤੇ ਇਨਐਫੀਸ਼ੀਐਂਸੀ ਵੀ ਹੋ ਸਕਦੀ ਹੈ, ਕਿਤੇ ਨਾ ਕਿਤੇ ਜਾਣ ਬੁੱਝ ਕੇ ਵੱਧ ਇਨਕਮ ਦਿਖਾਉਣਾ ਤਾਂ ਕਿ ਲੋਕਾਂ ਨੂੰ ਇੱਕ ਵਾਰੀ ਲੋਕਾਂ ਸਾਹਮਣੇ ਪੇਸ਼ ਕਰ ਦਿਓ ਅਸੀਂ ਆਹ ਕੁਛ ਕਰਾਂਗੇ ਤਾਂ ਲੋਕ ਸ਼ਾਇਦ ਉਸ ਤੋਂ ਪ੍ਰਭਾਵਿਤ ਹੋ ਜਾਣ। ਸੋ ਕਈ ਫੈਕਟਰ ਹੋ ਸਕਦੇ ਨੇ ਸਰਕਾਰ ਦੇ ਜਿਹੜਾ ਹੈ ਅਨੁਮਾਨਤਾਂ ਨੂੰ ਵੱਧ ਇਨਕਮ ਦਿਖਾਉਣ ਦੇ। ਠੀਕ ਹੈ, ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਫਿਸਕਲ ਹੈਲਥ ਤੁਹਾਨੂੰ ਕੀ ਨਜ਼ਰ ਆਉਂਦੀ ਹੈ? ਦੇਖੋ ਮੈਂ ਸਮਝਦਾ ਕਾਂਗਰਸ ਸਰਕਾਰ ਨੇ ਪਿਛਲੇ 2 ਸਾਲਾਂ 'ਚ ਤੀਸਰਾ ਸਾਲ ਚੱਲ ਰਿਹਾ ਜੀ ਸੁਧਾਰ ਲਿਆਉਣ ਦੀ ਬਜਾਏ ਫਿਸਕਲ ਹਾਲਾਤ ਮਾੜੇ ਹੋਏ ਨੇ, ਉਹਦੇ ਆਂਕੜੇ ਦੱਸਦੇ ਨੇ, ਕੋਈ ਮੈਂ ਨਹੀਂ ਕਹਿੰਦਾ। ਤੁਸੀਂ ਗਰੋਥ ਹੁੰਦੀ ਹੈ ਸੂਬੇ ਦੀ ਵਿਕਾਸ ਦਰ ਹੈ ਉਹ ਲਗਾਤਾਰ ਘੱਟ ਰਹੀ ਹੈ। ਜਦ 2016-17 ਸਾਡੀ ਸਰਕਾਰ ਸੀ ਉਸ ਸਾਲ ਵਿਕਾਸ ਦਰ 7.1% ਸੀ, ਪਿਛਲੇ ਸਾਲ 6.27 ਸੀ, ਅਗਲੇ 2017-18 ਜਦ ਇਹਨਾਂ ਦੀ ਸਰਕਾਰ ਬਣ ਗਈ ਘੱਟ ਕੇ 7.1 ਤੋਂ 6.27 'ਤੇ ਚਲੇ ਗਈ। ਠੀਕ ਹੈ, ਅਤੇ ਪਿਛਲਾ ਸਾਲ ਜਿਹੜਾ ਲੰਘਿਆ ਉਹਦੇ 'ਚ ਅਨੁਮਾਨਿਤ ਜਿਹੜੀ ਇਹਨਾਂ ਨੇ ਸਰਕਾਰ ਦੇ ਆਪਦੇ ਆਂਕੜੇ ਦੱਸਦੇ ਆ ਵੀ ਅਰਾਊਂਡ 5.8 ਦੇ ਕਰੀਬ ਜਿਹੜੀ ਹੈ ਇਹ ਰਹਿਣ ਦੀ ਉਮੀਦ ਹੈ। ਸੋ ਲਗਾਤਾਰ ਵਿਕਾਸ ਦਰ ਘੱਟ ਰਹੀ ਹੈ, ਚਾਹੇ ਸਰਕਾਰ ਜੋ ਮਰਜ਼ੀ ਕਹੀ ਜਾਵੇ ਵੀ ਅਸੀਂ ਆਹ ਲਿਆਂਦਾ ਆਹ ਲਿਆਂਦਾ, ਪਰ ਜੇ ਉਹਨਾਂ ਦੀ ਵਿਕਾਸ ਦਰ ਘੱਟ ਰਹੀ ਹੈ ਉਸਦਾ ਮਤਲਬ ਪੰਜਾਬ ਥੱਲੇ ਜਾ ਰਿਹਾ। ਫਿਰ ਦੂਜਾ ਹੈ ਵੀ ਇਹ ਰੈਗੂਲਰਲੀ ਸਾਨੂੰ ਕਹਿੰਦੇ ਰਹੇ ਨੇ ਵੀ ਤੁਸੀਂ ਬਹੁਤ ਕਰਜ਼ਾ ਲੈ ਲਿਆ, ਬਹੁਤ ਕਰਜ਼ਾ ਲੈ ਲਿਆ, ਪਰ ਜੇ ਅਸੀਂ CCL ਲਿਮਿਟ ਜਿਹੜੀ ਹੈ ਜਿਹੜੀ ਸਿਰਫ ਇੱਕ ਬੁੱਕ ਐਂਟਰੀ ਸੀ ਅਤੇ ਜਿਹੜਾ ਸਾਡਾ ਉਹਦੇ ਬੌਂਡਸ ਨੂੰ ਅਸੀਂ ਕੱਢ ਦਈਏ ਤਾਂ ਸਾਡਾ ਪਿਛਲੇ ਅਸੀਂ 10 ਸਾਲਾਂ ਸਰਕਾਰ 'ਚ 99,000 ਕਰੋੜ ਰੁਪਇਆ ਅਸੀਂ ਕਰਜ਼ਾ ਲਿਆ, 99,000 ਕਰੋੜ। ਪਰ ਇਹਨਾਂ ਦੇ ਪਹਿਲੇ 3 ਸਾਲ ਦੇ ਜਿਹੜੇ ਬਜਟ ਐਸਟੀਮੇਟਸ ਨੇ ਉਹ ਦੱਸਦੇ ਨੇ ਵੀ ਇਹ 3 ਸਾਲਾਂ ਦੇ ਵਿੱਚ 48,000 ਕਰੋੜ ਰੁਪਇਆ ਇਹ ਬੋਰੋ ਕਰ ਲੈਣਗੇ 3 ਸਾਲਾਂ 'ਚ। ਸੋ ਸਰਕਾਰ ਇਹਨਾਂ 3 ਸਾਲਾਂ 'ਚ 48,000 ਜਿਹੜਾ ਬੋਰੋ ਇਹਨਾਂ ਦਾ ਖੁਦ ਦੇ ਟਾਰਗੇਟ ਮੁਤਾਬਕ, ਅਤੇ ਮੈਂ ਸਮਝਦਾ 2 ਸਾਲ ਅਗਲਿਆਂ 'ਚ ਤਕਰੀਬਨ 48,000 ਇਹਨਾਂ ਨੇ ਹੋਰ ਬੋਰੋ ਕਰ ਲੈਣਾ। ਸੋ ਇਹ ਸਰਕਾਰ ਕਿੱਧਰ ਨੂੰ ਹੈ, ਸਾਨੂੰ ਬੜੇ ਵੱਡੇ ਵੱਡੇ ਜਿਹੜੀਆਂ ਗੱਲਾਂ ਕਰਦੀ ਸੀ ਪਰ ਤੱਥ ਕੁਛ ਹੋਰ ਨੇ। ਚਲੋ ਆਪਾਂ ਉਹਦੇ ਉੱਤੇ ਆਵਾਂਗੇ, ਕੁਛ ਅੰਕੜੇ ਨੇ। ਤੁਸੀਂ ਕਹਿ ਰਹੇ ਹੋ ਕਿ ਗ੍ਰਾਫ ਲਗਾਤਾਰ ਹੇਠਾਂ ਡਿੱਗ ਰਿਹਾ, ਖਜ਼ਾਨਾ ਮੰਤਰੀ ਦੀ ਸਟੇਟਮੈਂਟ ਸੀਗੀ ਬਜਟ ਤੋਂ ਪਹਿਲਾਂ ਵੀ ਕਿ ਹੁਣ ਅਸੀਂ ਉਸ ਹਾਲਾਤ ਦੇ ਵਿੱਚ ਹੈਗੇ ਹਾਂ ਕਿ ਅਸੀਂ ਕੁਝ ਰਾਹਤ ਲੋਕਾਂ ਨੂੰ ਦੇ ਸਕਦੇ ਹਾਂ, ਫਾਈਨੈਂਸ਼ੀਅਲ ਹਾਲਾਤ ਜਿਹੜੇ ਨੇ ਸੂਬੇ ਦੇ ਠੀਕ ਹੋ ਰਹੇ ਨੇ, ਅਸੀਂ ਬੜੀ ਮਿਹਨਤ ਕੀਤੀ ਹੈ। ਉਹਨਾਂ ਨੇ ਅੰਕੜੇ ਦਿੱਤੇ ਨੇ ਪ੍ਰਤੀ ਜੀ ਆਮਦਨ 1,53,061 ਰੁਪਏ ਹੋਈ ਹੈ ਪੰਜਾਬ ਦੀ, ਜਦਕਿ ਕੌਮੀ ਔਸਤ ਜਿਹੜੀ ਹੈਗੀ 1,25,397 ਰੁਪਏ ਹੈ, ਯਾਨੀ ਕਿ ਪੰਜਾਬ ਦੀ ਔਸਤਨ ਆਮਦਨ ਪ੍ਰਤੀ ਜੀ ਵਧੀ ਹੈ। ਫਿਰ ਤੁਸੀਂ ਕਿਹੜੇ ਅੰਕੜੇ ਦੱਸ ਰਹੇ ਹੋ ਕਿ ਉਹ ਘੱਟ ਰਹੀ ਹੈ ਜੀ? ਦੇਖੋ ਗੱਲ ਇਹ ਹੈ ਪ੍ਰਤੀ ਜੀ ਕਿੰਨੀ ਵਧੀ ਹੈ, ਹਿੰਦੁਸਤਾਨ ਦੀ ਜੇ ਤੁਸੀਂ ਗਰੀਬ ਸੂਬੇ ਨਾਲ ਕਰੋਗੇ ਫਿਰ ਤਾਂ ਤੁਸੀਂ ਜੋ ਮਰਜ਼ੀ ਆਪਦਾ ਹਿਸਾਬ ਲਾ ਸਕਦੇ। ਹੁਣ ਜੇ ਬਿਹਾਰ ਉੱਤਰਾਖੰਡ ਜ਼ਿਆਦਾ ਜਿਹੜਾ ਦੇਸ਼ ਹੈ ਜਿੱਥੇ ਜ਼ਿਆਦਾ ਆਬਾਦੀ ਹੈ UP ਹੈ, ਉੱਥੇ ਪ੍ਰਤੀ ਜੀ ਆਮਦਨ ਬਹੁਤ ਘੱਟ ਹੈ। ਸੋ ਉਹਨਾਂ ਦੇ ਨਾਲ ਜੇ ਅਸੀਂ ਪੰਜਾਬ ਦਾ ਮੁਕਾਬਲਾ ਕਰਾਂਗੇ ਤਾਂ ਇਹ ਸਹੀ ਨਹੀਂ ਹੋਏਗਾ। ਅਤੇ ਜੇ ਤੁਸੀਂ ਦਿੱਲੀ ਨਾਲ ਕਰੋ, ਹਰਿਆਣੇ ਨਾਲ ਕਰੋ, ਮਹਾਰਾਸ਼ਟਰ ਨਾਲ ਕਰੋ, ਗੁਜਰਾਤ ਨਾਲ ਕਰੋ, ਕਰਨਾਟਕਾ ਨਾਲ ਕਰੋ ਤਾਂ ਅਸੀਂ ਉਹਨਾਂ ਨਾਲੋਂ ਪ੍ਰਤੀ ਜੀ ਆਮਦਨ ਦੇ ਵਾਧੇ ਵਿੱਚ ਬਹੁਤ ਘੱਟ ਗਏ ਹਾਂ। ਅਤੇ ਦੇਸ਼ ਜਿਵੇਂ ਕਹਿੰਦੇ
ਪ੍ਰਤੀ ਜੀ ਆਮਦਨ ਸਾਰੀ ਵਿਕਾਸ ਦਰ ਦੇ ਨਾਲ ਜੁੜੀ ਹੋਈ ਹੈ, ਸਾਰਾ ਕੁਛ ਜੇ ਹੈ ਅਲਟੀਮੇਟਲੀ ਉਹਦੇ ਨਾਲ ਜੁੜੇ, ਉਹ ਵਿਕਾਸ ਦਰ ਨਾਲ ਜੁੜੇ ਹੈ। ਜੇ ਤੁਹਾਡੀ ਪਿਛਲੇ 2 ਸਾਲਾਂ 'ਚ ਵਿਕਾਸ ਦਰ ਘਟੀ ਹੈ ਅਕਾਲੀ ਸਰਕਾਰ ਦੇ ਬਨਿਸਪਤ, ਹੁਣ ਜੇ ਵਿਕਾਸ ਦਰ ਘਟੀ ਹੈ, ਕੋਈ ਮੈਂ ਨਹੀਂ ਕਹਿੰਦਾ, ਇਹਨਾਂ ਦੇ ਆਪਦੇ ਆਂਕੜੇ ਕਹਿੰਦੇ ਜਿਹੜੇ ਮੈਂ ਕੋਟ ਕੀਤੇ ਹੈ, ਪੰਜਾਬ ਦਾ ਜੋ ਸਟੈਟਿਸਟੀਕਲ ਐਬਸਟ੍ਰੈਕਟ ਇਹ ਪੇਸ਼ ਕਰਦੇ ਨੇ ਵਿਧਾਨ ਸਭਾ 'ਚ, ਉਹਦੇ ਆਧਾਰ 'ਤੇ ਮੈਂ ਕਹਿ ਰਿਹਾ। ਅਤੇ ਫਿਰ ਜੇ ਇਹਨਾਂ ਦੀ ਵਿਕਾਸ ਦਰ ਘਟੀ ਹੈ, ਉਸਦਾ ਮਤਲਬ ਇਹ ਕਿਤੇ ਨਾ ਕਿਤੇ ਸਰਕਾਰ ਦੀ ਨੀਤੀਆਂ ਗਲਤ ਨੇ, ਕਿਤੇ ਨਾ ਕਿਤੇ ਉਹਨੇ ਨੀਤੀਆਂ 'ਚ ਕਮੀ ਹੈ ਜਿਹਦੇ ਨਾਲ ਪੰਜਾਬ ਦੀ ਵਿਕਾਸ ਦਰ ਪ੍ਰਭਾਵਿਤ ਹੋ ਰਹੀ ਹੈ। ਤੁਸੀਂ ਆਪਣੀ ਸਰਕਾਰ ਦਾ ਹਵਾਲਾ ਦਿੰਦੇ ਹੋ, ਪਰ ਮੌਜੂਦਾ ਸਰਕਾਰ ਵਾਰ ਵਾਰ ਇਹੀ ਕਹਿੰਦੀ ਹੈ ਕਿ ਤੁਸੀਂ ਸਾਨੂੰ ਕੰਗਾਲ ਕਰਕੇ ਗਏ ਹੋ, ਸਾਰਾ ਖਜ਼ਾਨਾ ਖਾਲੀ ਕਰਕੇ ਗਏ ਹੋ, ਪੰਜਾਬ ਨੂੰ ਗਿਰਵੀ ਤੱਕ ਰੱਖ ਕੇ ਗਏ ਹੋ, ਇੱਥੋਂ ਤੱਕ ਦੇ ਦਾਅਵੇ ਕੀਤੇ ਜਾਂਦੇ। ਦੇਖੋ ਫਿਰ ਉਹ ਜਿਹੜੀਆਂ ਉਹਨਾਂ ਨੇ ਦਾਅਵੇ ਸੀ ਜਾਂ ਵਾਅਦੇ ਸੀਗੇ ਉਹ ਕਿਵੇਂ ਪੂਰੇ ਹੋਣਗੇ ਫਿਰ? ਦੇਖੋ ਗੱਲ ਹੈ, ਮੈਂ ਤੁਹਾਨੂੰ ਸਾਰਾ ਦੱਸਿਆ ਵੀ ਅਸੀਂ ਕਿੰਨਾ ਕਰਜ਼ਾ ਲਿਆ, ਉਹਨਾਂ ਨੇ ਕਿੰਨਾ ਕਰਜ਼ਾ ਲਿਆ। ਅਸੀਂ ਇਹਨਾਂ ਨੇ ਇਹ ਗੱਲ ਕਰਦੇ ਸੀ ਵੀ ਜੀ ਤੁਸੀਂ ਜਿਹੜੀਆਂ ਭਵਿੱਖ ਦੀਆਂ ਆਮਦਨ ਦੇ ਖਿਲਾਫ ਕਰਜ਼ੇ ਲੈ ਲਏ ਪੀ ਆਈ ਡੀ ਬੀ 'ਚ, ਆਰ ਡੀ ਰੂਰਲ ਡਿਵੈਲਪਮੈਂਟ ਫੰਡ 'ਚ, ਇਹ ਸਾਰਾ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਰਹੇ ਨੇ। ਪਰ ਉਹ ਮੈਂ ਉਹਨਾਂ ਨੂੰ ਇੱਕ ਗੱਲ ਸਵਾਲ ਪੁੱਛੀ ਹੈ ਵੀ ਸਾਨੂੰ ਤੁਸੀਂ ਕਿਹਾ ਵੀ ਤੁਸੀਂ ਭਵਿੱਖ ਦੀ ਆਮਦਨ ਦੇ ਖਿਲਾਫ ਕਰਜ਼ਾ ਲਿਆ, ਪਰ ਇਹਨਾਂ ਨੇ ਪਹਿਲੇ ਆ ਦੂਜੇ ਸਾਲ 'ਚ ਹੀ ਤਕਰੀਬਨ 6,500-7,000 ਕਰੋੜ ਰੁਪਇਆ ਆਲਰੇਡੀ ਇਹ ਬਜਟ ਤੋਂ ਇਲਾਵਾ ਬੋਰੋ ਕਰ ਚੁੱਕੇ ਨੇ। ਇਹ ਉਹ ਨਹੀਂ 48,000 ਕਰੋੜ ਜਿਹੜਾ ਮੈਂ ਕਹਿ ਰਿਹਾ, ਉਸ ਤੋਂ ਇਲਾਵਾ 7,000 ਕਰੋੜ ਰੂਰਲ ਡਿਵੈਲਪਮੈਂਟ ਫੰਡ, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਦੇ ਵਿੱਚ ਇਹ ਸਾਰਾ ਆਲਰੇਡੀ 7,000 ਕਰੋੜ ਰੁਪਇਆ ਇਹ ਆਪਦੇ ਆਂਕੜੇ ਅਨੁਸਾਰ ਇਹ ਬੋਰੋ ਕਰ ਚੁੱਕੇ ਨੇ। ਅਸੀਂ ਤਾਂ ਇਸ ਤੋਂ ਕਿਤੇ ਘੱਟ ਬੋਰੋ ਕਰਦੇ ਸੀ। ਇਹਨਾਂ ਨੇ ਪਹਿਲੇ ਸਾਲ 'ਚ ਹੀ ਭਵਿੱਖ ਦੀ ਇਹ ਜਿਹੜੀ ਆਮਦਨ ਹੈ ਉਹ ਗਿਰਵੀ ਰੱਖ ਕੇ ਬੋਰੋਇੰਗ ਸ਼ੁਰੂ ਕਰਤੀ। ਸੋ ਜਿਸ ਕਰਕੇ ਸਾਨੂੰ ਇਹ ਦੋਸ਼ੀ ਜਿਸ ਗੱਲਾਂ ਲਈ ਠਹਿਰਾਉਂਦੇ ਰਹੇ, ਇਹ ਆਪ ਉਸ ਤੋਂ ਕਈ ਗੁਣਾ ਵੱਧ ਕੇ ਉਹ ਗਲਤੀਆਂ ਕਰ ਰਹੇ ਨੇ। ਜੇ ਅਸੀਂ ਪਿਛਲੇ 5 ਸਾਲਾਂ 'ਚ ਪੀ ਆਈ ਡੀ ਬੀ ਰੂਰਲ ਡਿਵੈਲਪਮੈਂਟ ਫੰਡ ਅਤੇ ਦੂਜਿਆਂ ਦਾ ਜੇ ਅਸੀਂ 10,000 ਕਰੋੜ ਦਾ ਕਰਜ਼ਾ ਲਿਆ, ਤਾਂ ਇਹਨਾਂ ਨੇ ਦੂਜੇ ਸਾਲ 'ਚ 7,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ। ਸੋ ਇਹ ਸਰਕਾਰ ਦੇ, ਮੈਂ ਇਹ ਕਹਿਣਾ, ਸਾਡਾ ਸਿਰਫ ਕਹਿਣਾ ਇਹ ਹੈ ਵੀ ਤੁਸੀਂ ਸਾਨੂੰ ਜਿਹੜਾ ਜਿਸ ਪਾਏਦਾਨ 'ਤੇ ਤੁਸੀਂ ਖੜਾ ਕੀਤਾ ਜਾਂ ਕਹਿੰਦੇ ਰਹੇ, ਜਿਹੜੀਆਂ ਤੁਸੀਂ ਵੱਡੀਆਂ ਵੱਡੀਆਂ ਲੋਕਾਂ ਨੂੰ ਝੂਠ ਬੋਲਦੇ ਰਹੇ ਵੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੀਤਾ, ਤੁਸੀਂ ਉਸ ਤੋਂ ਕਈ ਗੁਣਾ ਵੱਧ ਜਿਹੜੀਆਂ ਬਜਟ ਗਲਤੀਆਂ ਕਰ ਰਹੇ ਹੋ। ਅਤੇ ਅਸੀਂ 3% ਤੱਕ ਬੋਰੋ ਕੀਤਾ ਸਾਲ ਦੇ ਵਿੱਚ, ਸਾਲਾਨਾ ਜਿਹੜੀ ਔਸਤਨ ਫਿਸਕਲ ਡੈਫਿਸਿਟ ਸੀ ਉਹ 3% ਤੋਂ ਅਸੀਂ ਕਦੇ ਵਧਣ ਨਹੀਂ ਦਿੱਤਾ। ਠੀਕ ਹੈ, ਇਹਨਾਂ ਦਾ ਪਿਛਲੇ ਸਾਲ 3.4% ਸੀ, ਆ ਜਿਹੜਾ ਆਉਣ ਵਾਲਾ ਸਾਲ ਹੈ ਉਹਦੇ 'ਚ ਵੀ 3.4% ਹੈ। ਸੋ ਲਗਾਤਾਰ ਇਹ ਕਰਜ਼ੇ ਲੈ ਰਹੇ ਨੇ ਅਤੇ ਸਾਰਾ ਕੁਛ ਹੀ ਕਰਜ਼ਿਆਂ 'ਤੇ ਇਹਨਾਂ ਦਾ ਆਧਾਰਿਤ ਹੈ। ਅਤੇ ਦੂਜੇ ਆਪਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਇਹਨਾਂ ਦਾ ਸਿਰਫ 4% ਵੱਧ ਹੈ ਜਿਹੜੀ ਸੂਬੇ ਦੀ ਆਪਦੀ ਆਮਦਨ ਹੈ। ਜਿਹੜੀ ਬਾਕੀ ਵਾਧਾ ਕਿੱਥੋਂ ਹੋਇਆ? ਸਿਰਫ ਅਤੇ ਸਿਰਫ ਜੀ ਐੱਸ ਟੀ ਕੰਪਨਸੇਸ਼ਨ, ਵੀ ਜਿਹੜਾ ਆਮਦਨ ਨਾਲ ਜੀ ਐੱਸ ਟੀ ਕੰਪਨਸੇਸ਼ਨ ਜਦ ਅਸੀਂ ਸਾਈਨ ਕੀਤਾ ਜੀ ਐੱਸ ਟੀ ਦਾ ਐਕਟ ਪੰਜਾਬ ਸਰਕਾਰ ਨੇ, ਮੈਂ ਉਹਦੇ ਵਿੱਚ ਮੈਂਬਰ ਸੀ, ਅਸੀਂ ਰੌਲਾ ਪਾ ਕੇ ਇਹ ਵਿੱਚ ਜਿਹੜਾ ਦਰਜ ਕਰਵਾਇਆ ਇੱਕ ਕਲੋਜ਼ ਕਿ ਹਰ ਸੂਬੇ ਨੂੰ ਪਿਛਲੇ ਸਾਲ ਨਾਲੋਂ 14% ਵੱਧ ਕੇ ਮਿਲਣਾ ਚਾਹੀਦਾ ਭਾਵੇਂ ਆਮਦਨ ਹੋਵੇ ਨਾ ਹੋਵੇ। ਉਹਦਾ ਕਾਰਨ ਕੀ ਹੈ ਵੀ ਹੁਣ ਇਹਨਾਂ ਦੀ ਜੀ ਐੱਸ ਟੀ ਕੰਪਨਸੇਸ਼ਨ ਇੰਨੀ ਵੱਧ ਗਈ ਹੈ ਵੀ 35% ਕੁੱਲ ਜਿਹੜੀ ਆਮਦਨ ਹੈ ਜੀ ਐੱਸ ਟੀ ਉਹਦੇ 'ਚੋਂ ਸਿਰਫ ਕੰਪਨਸੇਸ਼ਨ ਹੈ। ਕੰਪਨਸੇਸ਼ਨ ਦਾ ਮਤਲਬ ਹੈ ਕਿ ਅਸਲ ਦੇ ਵਿੱਚ ਸੂਬੇ ਨੂੰ ਆਮਦਨ ਨਹੀਂ ਹੋਈ ਪਰ ਸਰਕਾਰ ਵੱਲੋਂ ਇੱਕ ਜਿਹੜਾ ਹੈ ਇੱਕ ਗ੍ਰਾਂਟ ਨੇਟ ਦੇ ਰੂਪ 'ਚ ਜਾਂ ਕੇਂਦਰ ਸਰਕਾਰ ਵੱਲੋਂ ਸਹਾਇਤਾ ਦੇ ਰੂਪ 'ਚ ਇਹਨਾਂ ਨੂੰ ਪੈਸਾ ਮਿਲ ਰਿਹਾ, ਉਹ ਵੀ ਸਾਡੇ ਵੱਲੋਂ ਨੈਗੋਸ਼ੀਏਟ ਕੀਤੇ ਗਏ ਐਕਟ ਦੇ ਆਧਾਰ ਤੇ। ਪਰ ਕਾਂਗਰਸ ਦੇ ਬੜੇ ਸਾਰੇ ਬੁਲਾਰੇ ਤੇ ਲੀਡਰ ਇਹ ਕਹਿੰਦੇ ਸਾਨੂੰ ਮਾਰ ਹੀ ਜੀ ਐੱਸ ਟੀ ਦੀ ਪਈ ਹੈ, ਜੇ ਜੀ ਐੱਸ ਟੀ ਨਾ ਹੁੰਦਾ ਤਾਂ ਸਾਡਾ ਸੂਬਾ ਤਾਂ ਖੁਸ਼ਹਾਲ ਹੋ ਜਾਂਦਾ। ਜੇ ਜੀ ਐੱਸ ਟੀ ਨਾ ਹੁੰਦਾ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜਾਣੀ ਸੀ। ਇਹਨਾਂ ਨੂੰ 6,000 ਕਰੋੜ ਰੁਪਇਆ ਜੀ ਐੱਸ ਟੀ ਕੰਪਨਸੇਸ਼ਨ ਦਾ ਆਇਆ, ਸਿਰਫ ਤਕਰੀਬਨ 15,000-16,000 ਕਰੋੜ ਰੁਪਇਆ ਇਹਨਾਂ ਨੂੰ ਜੀ ਐੱਸ ਟੀ ਦਾ ਇਕੱਠਾ ਹੋਇਆ ਸਿਰਫ, ਅਤੇ 6,000-6,500 ਕਰੋੜ ਰੁਪਇਆ, ਕਿਉਂਕਿ ਮਾਰਚ ਵਿੱਚ ਅਸਲ ਫਿਗਰਸ ਆਉਣਗੇ ਜੀ, ਮੈਂ ਸਿਰਫ ਪਹਿਲੇ 10 ਮਹੀਨਿਆਂ ਦੇ ਦੱਸ ਰਿਹਾ। ਪਹਿਲੇ 10 ਮਹੀਨਿਆਂ 'ਚ 5,200 ਕਰੋੜ ਰੁਪਇਆ ਇਹਨਾਂ ਨੂੰ ਸਿਰਫ ਕੰਪਨਸੇਸ਼ਨ ਦਾ ਮਿਲਿਆ ਵੀ ਜਿਹੜਾ ਆਮਦਨ ਇਹਨਾਂ ਦੀ ਪਹਿਲਾਂ ਨਾਲੋਂ ਘੱਟ ਇਕੱਠੀ ਹੋਈ ਹੈ ਉਹਦੇ ਆਧਾਰ 'ਤੇ ਇਹਨਾਂ ਨੂੰ ਉਹ ਕੰਪਨਸੇਸ਼ਨ ਮਿਲੀ ਹੈ। ਉਹ ਕੰਪਨਸੇਸ਼ਨ ਦਾ ਜਿਹੜਾ ਪ੍ਰੋਵੀਜ਼ਨ ਹੈ ਉਹ ਅਸੀਂ ਪਵਾਇਆ ਵਿੱਚ, ਪਰ ਲੜ ਕੇ ਉੱਥੇ ਵੀ ਜੀ ਜਿਹੜੇ ਸੂਬੇ ਜਿਨ੍ਹਾਂ ਦੀਆਂ ਬਹੁਤ ਇਨਕਮ ਜਿਹੜੀਆਂ ਸਬਜ਼ਿਊਮ ਹੋ ਰਹੀਆਂ ਉਹਨਾਂ ਵਾਸਤੇ ਘੱਟੋ ਘੱਟ 14% ਜਿਹੜਾ ਵਾਧਾ ਕੀਤਾ ਜਾਵੇ। ਜੇ ਜੀ ਐੱਸ ਟੀ ਕੰਪਨਸੇਸ਼ਨ ਨਾ ਹੁੰਦੀ ਤਾਂ ਇਹਨਾਂ ਦੀ ਕੁੱਲ ਜਿਹੜੀ ਆਮਦਨ ਦਾ ਵਧ ਰਹੀ ਹੈ ਉਹ ਸਿਰਫ
3% ਤੋਂ 4% ਵਧਣੀ ਸੀ, ਜਿਹਦੇ ਨਾਲ ਅੱਜ ਪੰਜਾਬ ਦਾ ਟੋਟਲੀ ਜਿਹੜਾ ਹੈ ਨਹੀਂ ਸਾਰੇ ਕਿਸੇ ਨੂੰ ਤਨਖਾਹ ਵੀ ਨਹੀਂ ਸੀ ਦੇ ਸਕਦੇ। ਅੱਛਾ ਮੈਨੂੰ ਇੱਕ ਗੱਲ ਦੱਸੋ, ਜਿਹੜੇ ਟਾਰਗੇਟਸ ਰੱਖੇ ਜਾਂਦੇ ਨੇ ਉਹ ਟਾਰਗੇਟਸ ਜਦੋਂ ਪੂਰੇ ਅਚੀਵ ਨਹੀਂ ਹੁੰਦੇ ਉਹਦਾ ਕੋਈ ਜੀ ਐਸ ਟੀ ਨਾਲ ਲੈਣਾ ਦੇਣਾ ਵੀ ਹੁੰਦਾ? ਉਧਰੋਂ ਵੀ ਤੁਹਾਡੀ ਰਕਮ ਕੁਛ ਘੱਟਦੀ ਹੁੰਦੀ ਹੈ ਜਿਹੜੀ ਜੀ ਐਸ ਟੀ ਤੁਹਾਨੂੰ ਮਿਲਣੀ ਹੁੰਦੀ ਹੈ, ਜੇਕਰ ਤੁਸੀਂ ਉਹ ਟਾਰਗੇਟ ਅਚੀਵ ਨਹੀਂ ਕੀਤਾ ਤਾਂ ਆਟੋਮੈਟਿਕਲੀ ਉਹਦਾ ਅਸਰ ਜੀ ਐਸ ਟੀ 'ਤੇ ਪਊਗਾ ਕਿ ਨਹੀਂ ਪਏਗਾ? ਨਹੀਂ, ਉਹਦਾ ਪਹਿਲੇ 5 ਸਾਲ ਕੋਈ ਨਹੀਂ, ਜੇ ਟਾਰਗੇਟ ਪੂਰੇ ਕਰਨ ਨਾ ਕਰਨ ਜਿੰਨਾ ਟਾਰਗੇਟ ਦੇ ਵਿੱਚ ਕਮੀ ਰਹੇਗੀ ਉਹ ਕੰਪਨਸੇਸ਼ਨ ਦੇ ਰੂਪ 'ਚ ਇਹਨੂੰ ਆਟੋਮੈਟਿਕਲੀ ਮਿਲ ਜਾਣੀ ਹੈ। ਇਸ ਕਰਕੇ ਤਾਂ ਹੀ ਮੈਂ ਕਹਿੰਦਾ ਵੀ ਇਹਨਾਂ ਦਾ ਕੋਈ ਧਿਆਨ ਨਹੀਂ, ਇਹਨਾਂ ਦੀ ਸਾਰੀਆਂ ਪੋਲਿਸੀ, ਐਕਸਾਈਜ਼ ਪੋਲਿਸੀ ਫੇਲ ਹੋ ਗਈ, ਮਾਈਨਿੰਗ ਪੋਲਿਸੀ ਫੇਲ ਹੋ ਗਈ, ਅਤੇ ਜੀ ਐਸ ਟੀ ਦੇ ਵਿੱਚ ਇਹਨਾਂ ਦਾ ਟੈਕਸ ਕੰਪਲਾਈਸ ਵੱਲ ਕੋਈ ਧਿਆਨ ਨਹੀਂ। ਇਹਨੂੰ ਪਤਾ ਵੀ ਕੇਂਦਰ ਨੇ ਆਪ ਹੀ ਦੇ ਦੇਣਾ ਵੀ ਸਾਨੂੰ ਕੋਈ ਟੈਕਸ ਇਕੱਠਾ ਕਰਨ ਵੱਲ ਧਿਆਨ ਨਹੀਂ, ਪਰ ਇਹ ਕੀ ਕਰ ਰਹੇ ਨੇ ਇਹਦੇ ਨਾਲ ਆਉਣ ਵਾਲੇ ਸਮੇਂ ਵਾਸਤੇ ਇੱਕ ਬਹੁਤ ਵੱਡਾ ਇੱਕ ਖੂਹ ਪੱਟ ਰਹੇ ਨੇ ਪੰਜਾਬ ਵਾਸਤੇ। ਕਿਉਂ? ਕਿਉਂਕਿ 5 ਸਾਲ ਇਹ ਕੰਪਨਸੇਸ਼ਨ ਮਿਲਣੀ ਹੈ, ਉਸ ਤੋਂ ਬਾਅਦ ਇੱਕੋ ਦਮ ਜਦ 10,000 ਕਰੋੜ ਰੁਪਇਆ ਤੁਹਾਡੀ ਆਮਦਨ ਘੱਟ ਗਈ ਤਾਂ ਕੋਈ ਵੀ ਜਿਹੜੀ ਭਵਿੱਖ ਦੀ ਸਰਕਾਰ ਹੈ ਉਹਨੂੰ ਸਰਕਾਰ ਚਲਾਉਣਾ ਸੰਭਵ ਨਹੀਂ ਹੋਏਗਾ, ਕਿਉਂਕਿ ਤੁਹਾਡੀ ਪਿਛਲੇ ਸਾਲ ਨਾਲੋਂ ਇੱਕ ਤਾਂ ਆਪਾਂ ਆਮਦਨ ਵਧਾ ਕੇ ਕਰਦੇ ਹਾਂ, ਜੇ ਆਮਦਨ ਹੀ ਘੱਟ ਜੇ ਤਾਂ ਸਰਕਾਰ ਦਾ ਜਿਹੜਾ ਫਿਰ ਚੱਲਣਾ ਉਹ ਸੰਭਵ ਨਹੀਂ ਹੁੰਦਾ। ਵਸੀਲੇ ਕੋਈ ਹੋਰ ਮਿਲਣੇ ਨਹੀਂ ਤੁਹਾਨੂੰ। ਸੋ ਢਿੰਡਸਾ ਸਾਹਿਬ ਨਾਲ ਗੱਲਬਾਤ ਜਾਰੀ ਰੱਖਾਂਗੇ, ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬਜਟ ਜੋ ਪੇਸ਼ ਕੀਤਾ ਗਿਆ ਉਸ ਬਜਟ ਦੇ ਵਿੱਚ ਆਮ ਲੋਕਾਂ ਲਈ ਕੀ ਕੁਛ ਹੈ ਅਤੇ ਕੀ ਸੱਚਾਈ ਉਸ ਬਜਟ ਦੀ, ਇਸ ਬਾਰੇ ਚਰਚਾ ਜਾਰੀ ਹੈ। ਵਾਅਦੇ ਬੜੇ ਵੱਡੇ ਵੱਡੇ ਕਰ ਦਿੱਤੇ ਕਾਂਗਰਸ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ, ਹੁਣ ਜਦੋਂ ਸੱਤਾ ਦੇ ਵਿੱਚ ਆ ਗਏ ਨੇ, ਇਜ਼ ਇਟ ਪੋਸੀਬਲ ਕਿ ਉਹ ਕਹਿੰਦੇ ਨੇ ਕਿ ਸਾਨੂੰ ਅਜਿਹੇ ਹਾਲਾਤ ਨਹੀਂ ਪਤਾ ਸੀ ਕਿ ਇੰਨੇ ਮਾੜੇ ਹਾਲਾਤ ਪੰਜਾਬ ਦੇ ਖਜ਼ਾਨੇ ਦੇ ਨੇ, ਪੰਜਾਬ ਦੇ ਐਡੇ ਮਾੜੇ ਹਾਲਾਤ ਨੇ, ਪੰਜਾਬ ਕਰਜ਼ੇ 'ਚ ਡੁੱਬਿਆ ਹੋਇਆ, ਜੇ ਸਾਨੂੰ ਪਤਾ ਹੁੰਦਾ ਤਾਂ ਸ਼ਾਇਦ ਅਸੀਂ ਵਾਅਦੇ ਇਵੇਂ ਦੇ ਨਾ ਕਰਦੇ? ਨਹੀਂ, ਦੇਖੋ ਹਰ ਸਾਲ ਬਜਟ ਪੇਸ਼ ਹੁੰਦਾ, ਬਜਟ ਦੇ ਵਿੱਚ ਕਿੰਨਾ ਕਰਜ਼ਾ ਹੈ, ਕਿੰਨਾ ਕਰਜ਼ਾ ਉਸ ਸਾਲ ਦੇ ਵਿੱਚ ਲੈ ਰਹੇ ਹਾਂ, ਉਹ ਸਾਰਾ ਕੁਛ ਲਿਖਿਆ ਹੁੰਦਾ। ਜੇਕਰ ਵੀ ਕੋਈ ਸਰਕਾਰ ਨੇ ਕੁਛ ਲੁਕੋਇਆ ਜਾਂ ਕੁਛ ਨਹੀਂ ਲੁਕੋਇਆ, ਅਤੇ ਕੋਈ ਅਸੀਂ ਆਪਦੀ ਵਿੱਤ ਨਾਲੋਂ ਵੱਧ ਕਰਜ਼ਾ ਵੀ ਨਹੀਂ ਲਿਆ, ਉਹ ਤਾਂ ਸਿਰਫ ਉਹਨਾਂ ਨੂੰ ਵੀ ਪਤਾ ਸੀ, ਉਹਨਾਂ ਨੇ ਸਿਰਫ ਕਰਜ਼ਾ, ਇਹ ਸਾਰੀ ਕਰਜ਼ਾ ਮਾਫ਼ੀ 90,000 ਕਰੋੜ ਰੁਪਏ ਦੀ, ਇਹ ਸਿਰਫ ਵੋਟਾਂ ਵਾਸਤੇ ਕੀਤੀ। ਮੈਂ ਕਹਿ ਸਕਦਾ ਕੋਈ ਵੀ ਸੂਬੇ ਦੀ ਸਰਕਾਰ, ਪੰਜਾਬ ਛੱਡੋ ਤੁਸੀਂ, ਹਿੰਦੁਸਤਾਨ ਦਾ ਕੋਈ ਵੀ ਸੂਬਾ, ਉਹਦੀ ਸਰਕਾਰ ਇੱਕ ਮੁਸ਼ਤ ਸਾਰਾ ਕਰਜ਼ਾ ਆਪਦੇ ਲੋਕਾਂ ਦਾ, ਕਿਸਾਨਾਂ ਦਾ ਮਾਫ਼ ਨਹੀਂ ਕਰ ਸਕਦੀ। ਕੋਈ ਵੀ, ਮੈਂ ਇਹ ਦਾਅਵੇ ਨਾਲ ਕਹਿਣਾ, ਇਹ ਜਿਹੜੇ ਸਿਰਫ ਇਹਨਾਂ ਦੇ ਵਾਅਦੇ ਸੀ ਉਹ ਪਹਿਲੇ ਦਿਨੋਂ ਹੀ ਝੂਠ ਦੇ ਆਧਾਰ 'ਤੇ ਸੀ, ਉਹ ਇਹਨਾਂ ਨੂੰ ਵੀ ਪਤਾ ਸੀ ਅਸੀਂ ਪੂਰੇ ਨਹੀਂ ਕਰ ਸਕਦੇ। ਇਹਨਾਂ ਦਾ ਸਿਰਫ ਇੱਕ ਸੀ ਵੀ ਜਿਵੇਂ ਮਰਜ਼ੀ ਝੂਠ ਬੋਲੋ, ਸੱਚ ਬੋਲੋ, ਸੱਤਾ ਚਾਹੀਏ, ਫਿਰ ਜਿਹੜਾ ਹੈ ਦੇਖਿਆ ਜਾਏਗਾ ਇੱਕ ਵਾਰੀ। ਪਰ ਢਿੰਡਸਾ ਸਾਹਿਬ, ਜਿਹੜੇ ਕਰਜ਼ੇ ਮਾਫ਼ ਹੋ ਰਹੇ ਨੇ, 2-2 ਲੱਖ ਰੁਪਏ ਦੇ ਮਾਫ਼ ਕਰ ਰਹੇ ਨੇ, ਅੰਕੜੇ ਜਿਹੜੇ ਦੱਸ ਰਹੇ ਨੇ ਕਿ ਅਸੀਂ ਬੜੇ ਕਰਜ਼ੇ ਮਾਫ਼ ਕਰ ਦਿੱਤੇ, ਕੁਛ ਬੁਲਾਰੇ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ 10 ਲੱਖ ਦੇ ਕਰੀਬ ਕਿਸਾਨ ਕਰਜ਼ਾ ਹੀ ਸੀਗਾ, 5 ਲੱਖ ਦੇ ਕਰੀਬ ਕਿਸਾਨ ਦਾ ਕਰਜ਼ਾ ਮਾਫ਼ ਕਰ ਦਿੱਤਾ, ਸਿਰਫ 5 ਲੱਖ ਕਿਸਾਨ ਰਹਿ ਗਿਆ ਪੰਜਾਬ ਦੇ ਵਿੱਚ ਜਿਹੜਾ ਕਰਜ਼ੇ ਦੇ ਮਾਰੇ। ਕਿਹੜਾ ਕਰਜ਼ਾ ਮਾਫ਼ ਕੀਤਾ ਹੈ? ਗੱਲ ਇਹ ਹੈ ਇਹਨਾਂ ਨੇ ਕੀਤਾ ਹੈਗਾ ਕਰੋਪ ਲੋਨ। ਕਰੋਪ ਲੋਨ ਤਾਂ ਵੈਸੇ ਲਿਮਿਟ ਥੋੜ੍ਹੀ ਹੁੰਦੀ ਹੈ, ਤੁਸੀਂ ਜਿੰਨਾ ਮਰਜ਼ੀ ਕਰੋਪ ਲੋਨ ਨਹੀਂ ਲੈ ਸਕਦੇ, 1 ਏਕੜ ਦਾ ਪਰ ਫਸਲ ਤੁਹਾਨੂੰ 20-25,000 ਰੁਪਇਆ ਕਰੋਪ ਲੋਨ ਮਿਲਦਾ ਹੈਗਾ। ਸੋ ਉਹਦੇ ਉੱਤੇ ਵਿਆਜ ਵੀ ਜੇ ਤੁਸੀਂ ਸਮੇਂ ਸਿਰ ਮੋੜੀ ਜਾਓ ਉਹ 4% ਹੁੰਦੀ ਹੈ, ਅਤੇ ਜਿਹੜਾ ਛੋਟਾ ਕਿਸਾਨ ਹੈ ਉਹਨਾਂ ਨੇ ਜ਼ਿਆਦਾ ਕੀ ਲਿਆ ਹੋਇਆ ਆਪਦੇ ਸੰਦ ਖਰੀਦਣ ਵਾਸਤੇ ਜਾਂ ਹੋਰ ਸਮਾਨ ਖਰੀਦਣ ਵਾਸਤੇ, ਕਿਸੇ ਨੇ ਮਕਾਨ ਬਣਾ ਲਿਆ ਕਰਜ਼ਾ ਲੈ ਕੇ, ਉਹ 1-1 ਏਕੜ ਮਗਰ 3-4 ਲੱਖ ਰੁਪਇਆ ਚੜ ਗਿਆ ਤੋਂ ਵੀ ਵੱਧ ਉਹਨਾਂ ਦੇ ਸਿਰ ਕਰਜ਼ਾ ਚੜਿਆ ਹੋਇਆ। ਉਹ ਕਰਜ਼ਾ ਵੱਡੀ ਸਮੱਸਿਆ ਹੈ। ਉਹ ਕਰਜ਼ੇ 'ਤੇ ਜਿਹੜਾ ਹੈ ਵਿਆਜ ਵੀ 12% ਪੈਂਦਾ ਹੈ, 11% ਪੈਂਦਾ ਹੈਗਾ, ਅਤੇ ਉਹੀ ਜਿਹੜਾ ਕਰਜ਼ਾ ਅੱਜ ਪੰਜਾਬ ਦੇ ਕਿਸਾਨ ਨੂੰ ਮਾਰ ਰਿਹਾ ਹੈ, ਪਰ ਉਹਦੇ ਬਾਰੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਜੇ ਇਹਨਾਂ ਨੇ ਕਰਜ਼ਾ ਮਾਫ਼ ਕਰਨਾ ਸੀ, ਜੇ ਪੰਜਾਬ ਸਰਕਾਰ ਦਾ ਹੀ ਕਰਨਾ ਸੀ, ਤਾਂ ਕੋਆਪਰੇਟਿਵ ਬੈਂਕ ਦੇ ਨਾਲੋਂ ਪਹਿਲਾਂ PADB ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਸੀ, ਜਿੱਥੇ ਜਿਹੜਾ PADB ਦੇ ਵਿੱਚ, PADB ਬੈਂਕ ਦੇ ਵਿੱਚ ਇਹੋ ਜਿਹੇ ਕਰਜ਼ੇ ਨੇ ਜਿਹੜੇ ਵੱਡੇ ਕਰਜ਼ੇ ਨੇ ਜਾਂ ਜਿਹੜੇ ਕਰਜ਼ਿਆਂ 'ਤੇ ਵਿਆਜ ਦਰ ਜ਼ਿਆਦਾ ਹੈ, ਉਹ ਹੈ ਇਹਨਾਂ ਨੇ ਜਿਹੜਾ ਮਾਫ਼ ਕੀਤਾ, ਤਾਂ ਵੈਸੇ 4% ਵਿਆਜ ਹੈ, ਅਤੇ ਉਹ ਕੋਈ ਜਿਹੜਾ ਹੈ ਮੈਂ ਸਮਝਦਾ ਕਿਸਾਨਾਂ ਲਈ ਉਹ ਇੱਕ ਗੰਭੀਰ ਚਿੰਤਾ ਨਹੀਂ ਸੀ, ਜ਼ਿਆਦਾ ਵੱਡਾ ਇਸ਼ੂ ਸੀ ਵੀ ਜਿਹੜੇ ਦੂਸਰੇ ਕਰਜ਼ੇ ਲੈ ਰਹੇ ਨੇ। ਅੱਛਾ ਇੱਕ ਹੋਰ ਗੱਲ ਦੱਸੋ, ਜਿਹੜੀ ਵਾਰ ਵਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ, ਕਿਉਂਕਿ ਜਦੋਂ ਅਨਾਊਂਸਮੈਂਟ ਇਹ ਹੋ ਗਈ ਕਿ ਤੁਹਾਡਾ ਆੜ੍ਹਤੀਆਂ ਦਾ ਕਰਜ਼ਾ, ਕੋਆਪਰੇਟਿਵ ਬੈਂਕਾਂ ਦਾ, ਨੈਸ਼ਨਲ ਬੈਂਕਾਂ ਦਾ ਸਾਰਾ ਅਸੀਂ ਦਿਆਂਗੇ, ਜਿਹੜੇ ਥੋੜ੍ਹਾ ਬਹੁਤਾ ਆਪਣਾ ਢਿੱਡ ਕੱਟ ਕੇ ਕਰਜ਼ਾ ਭਰ ਰਹੇ ਸੀ, ਕਿਸ਼ਤਾਂ ਮੋੜ ਰਹੇ ਸੀ, ਉਹਨਾਂ ਨੇ ਵੀ ਬੰਦ ਕਰ ਦਈਆਂ, ਉਹ ਵੀ ਡਿਫਾਲਟਰ ਹੋ ਗਏ, ਹੁਣ ਇਹ ਸਥਿਤੀ ਜ਼ਿਆਦਾ ਗੰਭੀਰ ਨਹੀਂ ਹੋ ਗਈ? ਉਹ ਕਿਸਾਨ ਜਿਹੜੇ ਕਿਸੇ ਤਰੀਕੇ ਦੇ ਨਾਲ ਪੈਸਾ ਵਾਪਸ ਕਰ ਰਹੇ ਸੀ, ਹੁਣ ਉਹ ਵੀ ਫਸ ਕੇ ਨਜ਼ਰ ਆਉਂਦੇ? ਬਿਲਕੁਲ ਸਮਾਂ ਪਹਿਲੀ ਵਾਰ ਹੋਇਆ ਵੀ PADB ਬੈਂਕ ਜਿਹੜਾ ਹੈ ਕਿਸਾਨਾਂ ਦੇ ਘਰਾਂ ਦੇ ਬਾਹਰ ਜਾ ਕੇ ਧਰਨੇ ਦੇ ਰਹੇ ਨੇ, ਉਹਨਾਂ 'ਤੇ ਜਿਹੜੀਆਂ ਕੁਰਕੀਆਂ ਕਰਵਾ ਰਹੇ ਨੇ। PADB ਬੈਂਕ ਜਿਹੜੀ ਹੈ ਉਹ ਦਬਾਅ ਬਣਾ ਰਹੀ ਹੈ ਕਿਸਾਨਾਂ 'ਤੇ ਪੈਸੇ ਭਰਨ ਦਾ। ਇੱਕ ਪਾਸੇ ਸਰਕਾਰ ਜਿਹੜੀ ਹੈ ਉਹ ਕਹੇ ਵੀ ਸਾਰਾ ਕਰਜ਼ਾ ਮਾਫ਼ ਕਰ ਰਹੇ ਹਾਂ,
ਦੂਜੇ ਪਾਸੇ ਉਸੀ ਸਰਕਾਰ ਦਾ ਇੱਕ ਹਿੱਸਾ ਜਿਹੜਾ ਪੀਡੀਬੀ ਉਹ ਲੋਕਾਂ ਤੋਂ ਗਰਾਹੀ ਕਰੇ ਕਿਉਂ ਲੋਕਾਂ ਨੇ ਤਾਂ ਕਾਂਗਰਸ 'ਤੇ ਵਿਸ਼ਵਾਸ ਕਰਕੇ ਕਰਜ਼ਾ ਭਰਨਾ ਬੰਦ ਕਰਤਾ ਹੁਣ ਕੀ ਹੋ ਰਿਹਾ ਵਿਆਜ ਤਾਂ ਪੈ ਰਿਹਾ ਵਿਆਜ 'ਤੇ ਵਿਆਜ ਪੈ ਰਿਹਾ ਪੀਨਲ ਇੰਟਰਸਟ ਪੈ ਰਿਹਾ ਉਹਦੇ ਨਾਲ ਜਿੱਥੇ 11% ਪੈਂਦਾ ਸੀ ਅੱਜ 15-16% ਜਿਹੜਾ ਵਿਆਜ ਉਹ ਪੈ ਰਿਹਾ ਹੈਗਾ ਅਤੇ ਉਹਦਾ ਤਾਂ ਜਿਹੜਾ ਹੈ ਮੈਂ ਸਮਝਦਾ ਕਿਸਾਨ ਲਈ ਜਿੰਨੀ ਇਹਨਾਂ ਨੇ ਰਾਹਤ ਦਿੱਤੀ ਹੈ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਮਾਰੂ ਜਿਹੜਾ ਹੈ ਉਹਦੇ ਵਾਸਤੇ ਮਾਰੂ ਸਿੱਧ ਹੋਏ ਆ ਫੈਸਲਾ। ਅੱਛਾ ਇੱਕ ਗੱਲ ਹੋਰ ਦੱਸੋ, ਜਿਹੜੀ ਵਾਰ ਵਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਜਾਂਦੇ ਜਾਂਦੇ 31,000 ਕਰੋੜ ਰੁਪਏ ਦਾ ਐਡਾ ਵੱਡਾ ਬੋਝ ਸਰਕਾਰ 'ਤੇ ਛੱਡ ਗਿਆ ਔਰ ਉਹਦੀ ਭਰਪਾਈ ਹੁਣ ਕਰਨੀ ਪੈ ਰਹੀ ਹੈ, ਜੇ ਉਹ ਕਰਜ਼ਾ ਨਹੀਂ ਸੀ ਜੇ ਉਹ ਫਰੋਡ ਨਹੀਂ ਸੀ ਤਾਂ ਤੁਸੀਂ ਉਹਨੂੰ ਟਰਮ ਲੋਨ ਦੇ ਵਿੱਚ ਤਬਦੀਲ ਕਿਉਂ ਕੀਤਾ? ਤੁਸੀਂ ਨਾ ਕਰਦੇ, ਤੁਸੀਂ ਫਾਈਟ ਕਰਦੇ ਉਹਨਾਂ ਨੂੰ, ਤੁਸੀਂ ਤਾਂ ਉਹਨੂੰ ਟਰਮ ਲੋਨ 'ਚ ਤਬਦੀਲ ਕਰਕੇ ਜਾਂਦੇ ਜਾਂਦੇ। ਇਹ ਹੈ, ਇਹ ਇੱਕ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਹੈ। ਮੈਂ ਇਹਦੇ ਤੱਥ ਤੁਹਾਨੂੰ ਦੱਸਦਾ। ਸਰਕਾਰ ਹਰ ਸਾਲ ਕਣਕ ਦੇ ਝੋਨਾ ਖਰੀਦਣ ਲਈ CCL ਲਿਮਿਟ ਲੈਂਦੀ ਹੈ ਬੈਂਕਾਂ ਤੋਂ, ਠੀਕ ਹੈ, ਕੋਈ ਅੱਜ ਦੀ ਨਹੀਂ ਲੈ ਰਹੀ, ਪਿਛਲੇ 20-25 ਸਾਲ ਤੋਂ ਲੈ ਰਹੀ ਹੈ। ਉਹ ਪਿਛਲੇ ਸਮੇਂ 'ਚ ਕੀ ਚੱਲਦਾ ਸੀ, ਹਰ ਸਾਲ ਸਰਕਾਰ ਕਰਜ਼ਾ ਲੈ ਲੈਂਦੀ ਸੀ ਅਤੇ ਉਸ ਕਰਜ਼ੇ 'ਤੇ ਵਿਆਜ ਵੀ ਪੈਂਦਾ ਸੀ, ਅਗਲੇ ਸਾਲ ਫਿਰ ਕੀ ਕਰਦਾ ਸੀਗਾ ਵੱਧ ਕਰਜ਼ਾ ਲੈ ਕੇ ਉਹਦੇ 'ਚੋਂ ਹੀ ਵਿਆਜ ਮੋੜ ਦਿੰਦੀ ਸੀ ਅਤੇ ਉਹਦੇ 'ਚੋਂ ਹੀ ਕਰਜ਼ਾ ਮੋੜ ਦਿੰਦੀ ਸੀ, ਫਿਰ ਅਗਲੇ ਸਾਲ ਫਿਰ ਖਰੀਦ ਕਰ ਲੈਂਦੀ ਸੀ। ਇਹ ਤਕਰੀਬਨ 20 ਸਾਲ ਚੱਲਦਾ ਰਿਹਾ ਅਤੇ ਅਲਟੀਮੇਟਲੀ ਜਦ ਇਹ ਨਵੀਂ ਸਰਕਾਰ ਬਣੀ 2014 ਵਿੱਚ, ਉਹਨਾਂ ਨੇ ਸਾਰਿਆਂ ਨੂੰ ਹਦਾਇਤ ਕੀਤੀ ਵੀ ਤੁਸੀਂ ਆਪਦੇ ਅਕਾਊਂਟਸ ਨੂੰ ਕਲੀਅਰ ਕਰੋ, 1-1 ਸਾਲ ਦਾ ਅਕਾਊਂਟ ਬਣਾਓ ਵੀ ਕਿੰਨਾ ਸਾਡਾ ਪ੍ਰੋਕਿਓਰਮੈਂਟ 'ਚ ਹੋਇਆ, ਕਿੰਨਾ ਸਾਡੇ ਕੋਲ ਉਸ ਪ੍ਰੋਕਿਓਰਮੈਂਟ ਦੇ ਅਗੇਂਸਟ ਐਕਚੁਅਲ ਸਟਾਕ ਪਿਆ ਅਤੇ ਕਿੰਨਾ ਸਾਡਾ ਗੈਪ ਆ ਰਿਹਾ ਅਤੇ ਸਾਰੀਆਂ ਸਾਡਾ। ਅਸੀਂ ਤਾਂ ਸਿਰਫ ਜਿਹੜੀ ਹੈ ਗਵਰਨਮੈਂਟ ਤਾਂ ਗਰੰਟੀ ਦਿੰਦੀ ਸੀ, ਕਰਜ਼ਾ ਲੈਂਦੇ ਸੀ ਮਾਰਕਫੈਡ, ਪਨਗ੍ਰੇਨ, ਵੇਅਰ ਹਾਊਸਿੰਗ ਕਾਰਪੋਰੇਸ਼ਨ, ਐਗਰੋ ਫੂਡ ਕਾਰਪੋਰੇਸ਼ਨ, ਉਹ ਸਾਰੇ ਹਰ ਸਾਲ ਕਰਜ਼ਾ ਲੈ ਲੈਂਦੇ ਸੀ, ਠੀਕ ਹੈ, ਉਸੇ ਕਰਜ਼ੇ ਵਿੱਚੋਂ ਵਿਆਜ ਮੋੜ ਦਿੰਦੇ ਸੀ, ਉਸੇ ਕਰਜ਼ੇ ਦੇ ਵਿੱਚੋਂ ਉਸ ਹਰ ਸਾਲ ਕਰਜ਼ਾ ਵੱਧਦਾ ਰਿਹਾ ਕਿਉਂਕਿ ਉਹਦੇ 'ਚੋਂ ਵਿਆਜ ਮੁੜੀ ਜਾਂਦੇ ਸੀ ਅਤੇ ਉਹਦੇ ਵਿੱਚ ਸਾਰੀਆਂ ਸਰਕਾਰਾਂ ਕਾਂਗਰਸ ਦੀਆਂ ਵੀ ਸੀ ਅਕਾਲੀ ਦਲ ਦੀਆਂ ਸੀ, ਉਹਨਾਂ ਨੇ ਕੋਈ ਪ੍ਰੋਪਰ ਅਕਾਊਂਟਿੰਗ ਪ੍ਰੋਸੀਜਰ ਜਿਹੜੀ ਗਲਤੀ ਹੈ ਉਹ ਨਹੀਂ ਉਸ ਸਮੇਂ ਫੋਲੋ ਕੀਤੇ। ਜਦ ਇਹ ਐਕਚੁਅਲ ਕੈਲਕੂਲੇਟ ਕੀਤਾ ਕਿਉਂਕਿ ਵਿਆਜ ਹੀ ਬਹੁਤ ਚਲੇ ਗਿਆ ਉਹ 'ਚੋਂ ਅਤੇ 31,000 ਕਰੋੜ ਰੁਪਏ ਦਾ ਗੈਪ ਆ ਗਿਆ। ਅਸੀਂ ਕੇਂਦਰ ਸਰਕਾਰ ਨੇ ਕਿਹਾ ਗੈਪ ਕੀ ਹੈ, 31,000 ਕਰੋੜ ਦਾ ਗੈਪ ਘਟਾਲਾ ਜਿਹੜਾ ਗੈਪ ਹੈ, ਨਹੀਂ ਉਹਦੇ ਵਿੱਚ ਤਕਰੀਬਨ 18,000 ਕਰੋੜ ਰੁਪਇਆ ਵਿਆਜ ਦਾ ਜਿਹੜਾ ਵਿਆਜ ਕੱਢ ਕੇ ਇੱਧਰੋਂ ਉੱਧਰ ਦੇਤਾ, ਉਹਦੇ ਵਿੱਚੋਂ ਇੰਸੀਡੈਂਟਲਸ ਨੇ ਕਿਵੇਂ ਕੀ ਹੈ, ਜਿਵੇਂ ਅਸੀਂ ਢੋਆ ਢੁਆਈ ਕਰਾਉਣੀ ਹੈ ਜਾਂ ਅਸੀਂ ਲੋਡ ਟਰਾਂਸਪੋਰਟੇਸ਼ਨ ਦੇ ਖਰਚੇ ਨੇ, ਲੇਬਰ ਦੇ ਖਰਚੇ ਨੇ, ਉਹ ਪੰਜਾਬ ਦੇ ਵਿੱਚ ਜਿੰਨੇ ਖਰਚੇ ਹੁੰਦੇ ਸੀ ਅਸੀਂ ਦੇ ਦਿੰਦੇ ਸੀ, ਕੇਂਦਰ ਸਰਕਾਰ ਪੂਰਾ ਖਰਚਾ ਨਹੀਂ ਸੀ ਸਾਨੂੰ ਦਿੰਦੀ ਕਿਉਂਕਿ ਉਹਨਾਂ ਦੇ ਮਾਨਕ ਫਿਕਸ ਸੀਗੇ, ਉਹਨਾਂ ਦੇ ਫਿਕਸ ਸੀਗੇ ਵੀ ਅਸੀਂ ਇੱਦਾਂ ਤੋਂ ਵੱਧ ਨਹੀਂ ਦੇਣਾ, ਜੇ ਵੱਧ ਹੋਣਾ ਤੁਸੀਂ ਦਿਓ, ਉਹਦੇ ਕਰਕੇ ਉਹ ਜਿਹੜਾ ਡਿਫਰੈਂਸ ਸੀਗਾ ਉਹਦੇ ਕਰਕੇ ਹੋਇਆ ਅਤੇ ਹੋ ਸਕਦਾ 500 ਕਰੋੜ 31,000 ਚੋਂ 1,000 ਕਰੋੜ ਵੀ ਹੋ ਸਕਦਾ ਵੀ ਕੋਈ ਕਣਕ ਦੀ ਚੋਰੀ ਵੀ ਹੋ ਗਈ, ਨੁਕਸਾਨ ਵੀ ਹੋ ਗਿਆ, ਇਸੇ ਤਰ੍ਹਾਂ ਪੈਡੀ ਦਾ ਵੀ ਨੁਕਸਾਨ ਹੋ ਗਿਆ, ਇਹਦਾ ਇਫੈਕਟ ਵੀ ਹੋ ਸਕਦਾ। ਬਾਕੀ ਜਿਹੜਾ ਵੱਡਾ ਸੀ ਉਹ ਡਿਫਰੈਂਸ ਉਦੋਂ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਬੜਾ ਇਹ ਪੰਗਾ ਪਿਆ ਸੀ, ਉਦੋਂ ਕਿਹਾ ਸੀਗਾ ਜੀ ਆਹ ਦੇਖੋ ਜੀ ਇਹ ਬਿੱਲ ਜਿਹੜੇ ਨੇ ਸਕੂਟਰ ਦੇ ਬਿੱਲ ਰੱਖੇ ਹੋਏ ਨੇ, ਢੋਆ ਢੁਆਈ ਦੇ, ਟਰੱਕ ਦਾ ਬਿੱਲ ਹੈ, ਟਰਾਲੀ ਦਾ ਰੱਖਿਆ ਹੋਇਆ, ਇਹ ਸਾਰੀਆਂ ਚੀਜ਼ਾਂ ਸੁਨੀਲ ਜਾਖੜ ਸਾਹਿਬ ਨੇ ਤਾਂ ਸ਼ਰੇਆਮ ਕਿਹਾ ਸੀ ਵੀ ਇਹ ਕਰੋੜਾਂ ਰੁਪਇਆਂ ਦਾ ਘੁਟਾਲਾ ਅਕਾਲੀ ਦਲ ਨੇ ਕੀਤਾ। ਉਹਨਾਂ ਨੇ ਆਪ ਸਰਕਾਰ ਬਣਨ ਸਾਰ ਕਮੇਟੀ ਬਿਠਾਈ, ਕਮੇਟੀ ਦੀ ਰਿਪੋਰਟ ਆਈ ਹੈ, ਕਮੇਟੀ ਦੀ ਰਿਪੋਰਟ ਨੇ ਮੰਨਿਆ ਕਿ ਇਹਦੇ ਵਿੱਚੋਂ ਵਿਆਜ ਅਤੇ ਜਿਹੜਾ ਹੈ ਇੰਸੀਡੈਂਟਲਸ ਦਾ ਜਿਹੜਾ ਡਿਫਰੈਂਸ ਹੈ, ਜਿਹੜੇ ਖਰਚਿਆਂ ਦਾ ਕੇਂਦਰ ਸਰਕਾਰ ਦਿੰਦੀ ਹੈ ਜਾਂ ਅਸੀਂ ਖਰਚਦੇ ਉਹਦਾ ਫਰਕ ਹੈ, ਉਹਦੇ ਕਰਕੇ 31,000 ਕਰੋੜ ਰੁਪਏ ਦਾ ਫਰਕ ਆਇਆ। ਉਸ ਕਮੇਟੀ ਦਾ ਇਹ ਮੰਨਣਾ ਵੀ ਕੇਂਦਰ ਸਰਕਾਰ ਨੂੰ ਇਹਦੇ ਵਿੱਚੋਂ ਜਿਹੜਾ ਕੁਛ ਨਾ ਕੁਛ ਹਿੱਸਾ ਚੱਲਣਾ ਚਾਹੀਦਾ ਸੀ। ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਇਹ 31,000 ਕਰੋੜ ਦਾ ਜਦ ਫਰਕ ਡਿਟੈਕਟ ਹੋਇਆ ਤਾਂ ਕੇਂਦਰ ਸਰਕਾਰ ਨੇ ਕਿਹਾ ਵੀ ਇਹ ਤੁਸੀਂ ਜਿਹੜਾ ਹੈ ਭਰੋ, ਸੂਬੇ ਕੋਲ ਤਾਂ ਆਪਦੇ ਸਾਧਨ ਹੈ ਨਹੀਂ ਸੀ। ਅਸੀਂ ਕਿਹਾ ਵੀ ਇਹ ਕਿਉਂਕਿ ਅਸੀਂ ਕੇਂਦਰ ਵਾਸਤੇ ਖਰੀਦਦੇ ਹਾਂ ਸਾਰਾ ਝੋਨਾ ਅਤੇ ਕਣਕ, ਵੀ ਇਹਦਾ ਕੁਛ ਹਿੱਸਾ ਕੇਂਦਰ ਸਰਕਾਰ ਬੀਅਰ ਕਰੇ, ਕੁਛ ਹਿੱਸਾ ਬੈਂਕਸ ਬੀਅਰ ਕਰਨ ਅਤੇ ਕੁਛ ਹਿੱਸਾ ਜਿਹੜਾ ਹੈ ਪੰਜਾਬ ਸਰਕਾਰ ਬੀਅਰ ਕਰੇ। ਸਾਡੀ ਇਹ ਪ੍ਰਪੋਜ਼ਲ ਸੀ ਪਰ ਕੇਂਦਰ ਸਰਕਾਰ ਇਹ ਨਹੀਂ ਮੰਨੀ ਅਤੇ ਫਿਰ ਜਿਹੜਾ ਹੈ ਅਗਲਾ ਜਦ ਸਾਡਾ ਸੀਜ਼ਨ ਆ ਰਿਹਾ ਸੀ ਸਾਨੂੰ ਬੈਂਕਾਂ ਨੇ ਕਹਿ ਤਾ ਵੀ ਅਸੀਂ ਤੁਹਾਨੂੰ ਹੋਰ ਕੋਈ CCL ਲਿਮਿਟ ਨਹੀਂ ਲੈਣੀ, ਸਾਡਾ ਜਿਹੜਾ ਪੁਰਾਣਾ ਇਹਨੂੰ ਕਲੀਅਰ ਕਰੋ। ਸਾਨੂੰ ਉੱਥੇ 11% ਤੋਂ ਉੱਤੇ ਵਿਆਜ ਅਸੀਂ ਦੇ ਰਹੇ ਸੀ ਸਾਰੇ ਖਰਚੇ ਦਾ ਅਤੇ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਕਿਹਾ ਵੀ ਚਲੋ ਉਹਨਾਂ ਚਿਰ ਜਿੰਨਾ ਚਿਰ ਤੁਹਾਡੇ ਨਾਲ ਨਹੀਂ ਸਾਡਾ ਸੈਟਲ ਹੁੰਦਾ ਵੀ ਅਸੀਂ ਬੌਂਡ ਸਾਨੂੰ ਸਸਤੇ ਮਿਲ ਜਾਣਗੇ, ਅਸੀਂ ਸਸਤੇ ਦਰ 'ਤੇ ਲੈ ਕੇ ਜਿਹੜਾ ਸਾਡਾ ਵਿਆਜ ਦੀ ਜਿਹੜੀ ਘੜੀ ਹੈ ਚੱਲ ਰਹੀ ਹੈ 24 ਘੰਟੇ ਉਹ ਤਾਂ ਘਟਾਈਏ ਅਸੀਂ ਬੈਂਕਾਂ ਤੋਂ, ਕਿਉਂਕਿ ਇਹ ਕਰਜ਼ਾ ਤਾਂ ਸਾਡੀਆਂ
ਸਾਰੀਆਂ ਕਾਰਪੋਰੇਸ਼ਨਾਂ ਸਾਡੇ ਖਰੀਦ ਏਜੰਸੀਆਂ ਦੇ ਉੱਤੇ ਪਹਿਲਾਂ ਹੀ ਸੀ, ਕੋਈ ਇਹ ਨਹੀਂ ਅਸੀਂ ਨਵਾਂ ਕਰਜ਼ਾ ਲੈ ਲਿਆ, ਕਰਜ਼ਾ ਉਹਨਾਂ ਦੇ ਸਿਰ 'ਤੇ ਸੀਗਾ। ਅਸੀਂ ਕੀ ਕਿਹਾ ਵੀ ਖਰੀਦ ਏਜੰਸੀਆਂ ਤੋਂ ਇਹ ਬੋਝ ਸਰਕਾਰ ਆਪਦੇ ਸਿਰ ਲੈਂਦੀ ਹੈ। ਖਰੀਦ ਏਜੰਸੀਆਂ ਦਾ ਜਿਹੜਾ ਹੈ 31,000 ਕਰੋੜ ਰੁਪਈਆ ਜਿਹੜਾ ਖਰੀਦ ਏਜੰਸੀਆਂ ਦੇ ਸਿਰ ਕਰਜ਼ਾ ਸੀ ਉਹ ਪੰਜਾਬ ਸਰਕਾਰ ਨੇ ਲੈ ਲਿਆ। ਉਹਨਾਂ ਦੇ ਉੱਤੇ 11% 11.5% ਤੇ ਵਿਆਜ ਪੈਂਦਾ ਸੀ। ਅਸੀਂ ਬੌਂਡਸ ਲੈ ਕੇ 8% ਤੇ ਉਹਨਾਂ ਨੂੰ ਪੈਸਾ ਮੋੜਤਾ। ਇੱਕ ਤਾਂ ਅਸੀਂ 3.5% ਜਿਹੜਾ ਵਿਆਜ ਬਚਾ ਲਿਆ ਸਾਲ ਦਾ, ਉਹ ਤਕਰੀਬਨ ਜਿਹੜਾ ਹੈ 400-500 ਕਰੋੜ ਰੁਪਇਆ ਸੀਗਾ ਸਾਲ ਦਾ ਜਿਹੜੀ ਬਚਤ ਹੋਈ ਹੈ। ਉਹ ਜਿਹੜਾ ਅਸੀਂ ਸਿਰਫ ਆਪਸ ਦੇ ਵਿੱਚ ਸੈਟਲਮੈਂਟ ਕੀਤੀ ਹੈ, ਕੋਈ ਨਵਾਂ ਕਰਜ਼ਾ ਨਹੀਂ ਅਸੀਂ ਲਿਆ। ਅਸੀਂ ਸਿਰਫ ਏਜੰਸੀਆਂ ਦਾ ਕਰਜ਼ਾ ਸੀ ਜਿਹੜਾ ਉਹ ਸਰਕਾਰ ਨੇ ਆਪਦੇ ਸਿਰ ਲੈ ਲਿਆ। ਉਹਦਾ ਸੁਭਾਵਿਕ ਸੀ ਵੀ ਸਰਕਾਰ ਦੇ ਸਿਰ ਆ ਗਿਆ ਤਾਂ ਸਰਕਾਰ ਦਾ ਕਰਜ਼ਾ ਵੱਧ ਗਿਆ, ਪਰ ਜਿਹੜੀ ਏਜੰਸੀਆਂ ਨੇ ਉਹ ਵੀ ਤਾਂ ਆਖਿਰ ਸਰਕਾਰ ਦਾ ਹਿੱਸਾ ਨੇ ਨਾ। ਉਹਦਾ ਜੇ ਸਰਕਾਰ ਏਜੰਸੀਆਂ ਡਿਫਾਲਟ ਕਰਦੀਆਂ ਨੇ, ਜੇ ਏਜੰਸੀਆਂ ਪੈਸਾ ਨਹੀਂ ਦੇ ਸਕਦੀਆਂ ਤਾਂ ਉਹ ਵੀ ਜਿਹੜਾ ਅਸਰ ਵੀ ਤਾਂ ਸਰਕਾਰ ਤੇ ਪੈਣਾ। ਸੋ ਉਹ ਕੋਈ ਸਰਕਾਰ ਨੇ ਬਜਟ ਵਾਸਤੇ ਜਾਂ ਕਿਸੇ ਹੋਰ ਵਾਸਤੇ ਨਹੀਂ, ਤੁਹਾਨੂੰ ਇਹ ਲੱਗਦਾ ਨਹੀਂ ਕਿ ਅਸੀਂ ਤਾਂ ਇੱਕ ਏਜੰਸੀ ਵਜੋਂ ਕੰਮ ਕਰਦੇ ਹਾਂ, ਅਸੀਂ ਕੇਂਦਰ ਦੇ ਲਈ ਅੰਨ ਖਰੀਦਦੇ ਹਾਂ ਸਾਰਾ ਅਤੇ ਉਹਨਾਂ ਨੂੰ ਦੇ ਦੇਣਾ, ਉਹਦੀ ਭਰਪਾਈ ਅਸੀਂ ਕਿਉਂ ਕਰੀਏ? 31,000 ਕਰੋੜ ਰੁਪਏ ਦੀ ਭਰਪਾਈ ਪੰਜਾਬ ਕਿਉਂ ਕਰੇ? ਦੇਖੋ ਇਹ ਅਸੀਂ ਕੇਂਦਰ ਦੇ ਨਾਲ ਕੀਤਾ ਸੀ, ਉਹ ਫਾਈਨਲਾਈਜ਼ ਨਹੀਂ ਹੋ ਸਕਿਆ। ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨ ਸੀ ਅਸੀਂ ਨਹੀਂ ਮੰਨੀ, ਅਸੀਂ ਕਿਹਾ ਵੀ ਨਹੀਂ ਸਾਨੂੰ ਇਹ ਪ੍ਰਵਾਨ ਨਹੀਂ। ਸਾਡਾ ਕੋਈ ਕੇਂਦਰ ਨਾਲ ਸਮਝੌਤਾ ਨਹੀਂ ਹੋਇਆ, ਅਸੀਂ ਅੱਜ ਵੀ ਕੇਂਦਰ ਨੂੰ ਕਹਿ ਰਹੇ ਹਾਂ। 15th ਫਾਈਨੈਂਸ ਕਮਿਸ਼ਨ ਆਇਆ ਸੀ, ਮੈਂ ਉਸ ਅਕਾਲੀ ਦਲ ਵੱਲੋਂ ਰੀਪ੍ਰਜੈਂਟ ਕੀਤਾ ਸੀ। ਉੱਥੇ ਸਾਡੀ ਸਭ ਤੋਂ ਪਹਿਲੀ ਡਿਮਾਂਡ ਸੀ ਵੀ CCL ਦਾ ਜਿਹੜਾ ਬੋਝ ਹੈ ਉਹ ਘੱਟੋ ਘੱਟ ਅੱਧਾ ਬੋਝ ਹੈ ਜਿਹੜਾ ਹੈ ਉਹ ਕੇਂਦਰ ਸਰਕਾਰ ਚੱਕੇ, ਕਿਉਂਕਿ ਅਸੀਂ ਕੇਂਦਰ ਸਰਕਾਰ ਦੇ ਵਾਸਤੇ ਜਿਹੜੀ ਹੈ ਖਰੀਦ ਕਰ ਰਹੇ। ਮੌਜੂਦਾ ਸਰਕਾਰ ਦਾ ਕੀ ਸਟੈਂਡ ਹੈ? ਮੌਜੂਦਾ ਸਰਕਾਰ ਦਾ ਵੀ ਸਿਮਿਲਰ ਸਟੈਂਡ ਹੋਣਾ ਚਾਹੀਦਾ, ਉਹ ਤਾਂ ਮੌਜੂਦਾ ਸਰਕਾਰ ਦੱਸ ਸਕਦੀ ਹੈ। ਪਰ ਇਹ ਕਹਿਣਾ ਵੀ ਕੇਂਦਰ ਸਰਕਾਰ ਤੋਂ ਤੁਸੀਂ ਉਹ ਉਹਨਾਂ ਦਾ ਖਿਹੜਾ ਛੜਾ ਤਾਂ ਨਹੀਂ, ਅੱਜ ਵੀ ਸਾਡਾ ਇਹ ਸਪਸ਼ਟ ਹੈ ਵੀ ਕੇਂਦਰ ਸਰਕਾਰ ਨੂੰ ਇਹ ਕਰਨਾ ਚਾਹੀਦਾ। ਉਸ ਸਮੇਂ ਜੇ ਅਸੀਂ ਬੈਂਕਾਂ ਦੇ ਨਾਲ ਕਲੀਅਰ ਨਾ ਕਰਦੇ ਜਾਂ ਬੈਂਕਾਂ ਦੇ ਨਾਲ ਸੈਟਲਮੈਂਟ ਨਾ ਕਰਦੇ ਤਾਂ ਜਿਹੜਾ ਹੈ ਸਾਡੀ ਸਥਿਤੀ ਹੋਰ ਵੀ ਗੰਭੀਰ ਹੋ ਜਾਣੀ ਸੀ। ਸਾਡੇ ਅਗਲੀ ਖਰੀਦ ਜਿਹੜੀ ਆ ਪੋਸੀਬਲ ਨਹੀਂ ਸੀ ਹੋਣੀ, ਬੈਂਕਾਂ ਨੇ ਸਾਨੂੰ ਖਰੀਦ ਕਰਨ ਵਾਸਤੇ ਕਰਜ਼ਾ ਨਹੀਂ ਸੀ ਦੇਣਾ ਅਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਹਾਕਾਰ ਮੱਚ ਜਾਂਦਾ। ਸੋ ਅੱਜ ਸਰਕਾਰ ਕਾਂਗਰਸ ਦੀ ਹੈ, ਉਹ ਕਹਿੰਦੇ ਨੇ ਵੀ 31,000 ਦਾ ਬੋਝ ਪਾਇਆ। ਜੇ ਅਸੀਂ ਕੋਈ ਗਲਤ ਕੀਤਾ, ਜੇ ਸਾਡੀ ਕੋਈ ਉਹਨਾਂ ਨੂੰ ਲੱਗਦਾ ਵੀ ਮਨਸ਼ਾ ਗਲਤ ਸੀ ਤਾਂ ਸਾਡੇ ਖਿਲਾਫ਼ ਕਾਰਵਾਈ ਕਰਨ, ਸਾਡੇ ਜਿਹੜਾ ਜਿਹੜਾ ਹੈ ਅਸੀਂ ਉਸ ਚੀਜ਼ ਦੇ ਜਵਾਬ ਦੇ ਹਾਂ। ਇਹ ਇਸ ਤਰੀਕੇ ਨਾਲ ਪੇਸ਼ ਕਰਨਾ ਵੀ ਇਹ ਪਤਾ ਨਹੀਂ ਇਹ 31,000 ਕਰੋੜ ਰੁਪਇਆ ਸਰਕਾਰ ਦਾ ਘੁਟਾਲਾ ਹੋ ਗਿਆ, ਇਹਨਾਂ ਨੇ ਆਪ ਇਨਕੁਆਇਰੀ ਕੀਤੀ ਹੈ, ਕੋਈ ਮੈਂ ਨਹੀਂ ਕੀਤੀ। ਇਹਨਾਂ ਦੇ ਸੀਨੀਅਰ ਆਫਿਸਰ ਰਿਟਾਇਰਡ ਚੀਫ ਸੈਕਟਰੀ ਉਹਨਾਂ ਵੱਲੋਂ ਦੀ ਕਮੇਟੀ ਬਣਾਈ ਸੀ, ਉਹਨਾਂ ਨੇ ਇਨਕੁਆਇਰੀ ਕੀਤੀ ਹੈ, ਤੁਸੀਂ ਉਹਨਾਂ ਨੂੰ ਬੁਲਾ ਕੇ ਪੁੱਛ ਸਕਦੇ ਹੋ ਵੀ ਕੀ ਹੈ। ਸੋ ਇਸ ਲਈ ਮੇਰੀ ਮੈਂ ਇੱਕ ਉਹ 'ਚ ਵੀ ਕਿਹਾ ਸੀ ਸੈਸ਼ਨ 'ਚ ਵੀ ਇਸ ਮੁੱਦੇ 'ਤੇ ਸਿਆਸਤ ਬੰਦ ਕੀਤੀ ਜਾਵੇ ਅਤੇ ਜਿਹੜਾ ਅਸਲੀ ਜਿਹੜੀ ਚੀਜ਼ ਹੈ ਉਹ ਹੈ ਆਪਣੀ ਪੰਜਾਬ ਦੇ ਹੱਕਾਂ ਦੀ ਗੱਲ, ਉਹਦੇ ਵਾਸਤੇ ਆਪਾਂ ਇਕੱਠੇ ਹੋ ਕੇ ਲੜ ਸਕਦੇ ਹਾਂ। ਠੀਕ ਹੈ, ਮੁਲਾਜ਼ਮਾਂ ਦੇ ਲਈ ਬੜੀਆਂ ਉਮੀਦਾਂ ਸੀਗੀਆਂ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਜਦੋਂ ਇਲੈਕਸ਼ਨ ਨੇੜੇ ਹੋਵੇ ਤਾਂ ਬੜੀ ਆਸ ਅਤੇ ਉਮੀਦ ਵੱਧ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਜਿਹੜੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਸੀਗੀ, ਜਿਹੜੇ ਮੁਲਾਜ਼ਮਾਂ ਦੇ DA ਰੁਕੇ ਗਈ ਸੀ ਉਹਨਾਂ ਦੀ ਗੱਲ ਸੀਗੀ, ਤਨਖਾਹਾਂ ਵਧਾਉਣ ਦੀ ਗੱਲ ਸੀਗੀ, ਅਜਿਹਾ ਕੁਝ ਬਜਟ ਦੇ ਵਿੱਚ ਤੁਹਾਨੂੰ ਨਜ਼ਰ ਆਇਆ? ਉਹ ਸਿਰਫ ਪ੍ਰੋਵੀਜ਼ਨ ਹੈ ਜਿਹੜੀ 1,000 ਕਰੋੜ ਦੀ ਪ੍ਰੋਵੀਜ਼ਨ ਕੀਤੀ ਹੈ ਪਿਛਲੇ ਸਾਲ ਨਾਲੋਂ ਵੱਧ। ਮੈਂ ਹੈਰਾਨ ਹੁੰਦਾ ਇਹਨਾਂ ਨੇ ਆਪ ਕਹਿਣ ਮੁਤਾਬਕ ਵੀ ਅਸੀਂ ਜਿਹੜਾ ਹੈ ਇੰਨੇ 39,000 ਭਰਤੀ ਅਸੀਂ ਕੀਤੇ ਨੇ ਨਵੇਂ ਪਿਛਲੇ 2 ਸਾਲਾਂ 'ਚ, ਉਹਨਾਂ ਦੀ ਤਨਖਾਹ ਵੀ ਵਧੇਗੀ ਅਤੇ ਪਿਛਲੇ ਪਿਛਲੇ ਸਾਲ ਦਾ ਅਸੀਂ ਦੇਖੀਏ ਤਾਂ 2,000 ਕਰੋੜ ਰੁਪਇਆ ਵਾਧਾ ਹੋਇਆ ਤਨਖਾਹ ਦੇ ਵਿੱਚ, ਹਾਲਾਂਕਿ ਕੋਈ DA ਦੀ ਕਿਸ਼ਤ ਨਹੀਂ ਦਿੱਤੀ। ਇਸ ਸਾਲ ਇਹਨਾਂ ਨੇ 6% DA ਅਨਾਊਂਸ ਕਰਤਾ, ਮੁਲਾਜ਼ਮ ਵੀ ਭਰਤੀ ਕਰ ਲਏ, ਫਿਰ 1,000 ਕਰੋੜ ਦਾ ਵਾਧਾ ਰੱਖਿਆ। ਦੋ ਚੀਜ਼ਾਂ ਨੇ, ਇੱਕ ਤਾਂ ਇੱਕ ਗੱਲ ਕਲੀਅਰ ਹੁੰਦੀ ਹੈ ਵੀ ਇਹਨਾਂ ਨੇ ਮੁਲਾਜ਼ਮਾਂ ਨੂੰ ਕੁਛ ਨਹੀਂ ਦੇਣਾ, ਨਾ ਮੁਲਾਜ਼ਮਾਂ ਦੇ ਏਰੀਅਰ ਦੇਣੇ ਨੇ, ਨਾ ਮੁਲਾਜ਼ਮਾਂ ਦੀ ਕੋਈ ਨਵੀਂ DA ਦੀ ਕਿਸ਼ਤ ਦੇਣੀ ਹੈ ਇਹਨਾਂ ਨੇ, ਅਤੇ ਨਾ ਹੀ ਪੇ ਕਮਿਸ਼ਨ ਲਾਗੂ ਕਰਨਾ ਹੈ। ਜੇ ਇਹਨਾਂ ਦੀ ਇੱਕ ਵੀ ਮਨਸ਼ਾ ਹੁੰਦੀ ਤਾਂ ਉਹਦੇ ਵਾਸਤੇ ਬਜਟ ਦੇ ਵਿੱਚ ਪ੍ਰੋਵੀਜ਼ਨ ਹੁੰਦੀ। ਮੇਰੀ ਜਦ ਬਹਿਸ ਹੋ ਰਹੀ ਸੀ, ਮੈਂ ਮਨਪ੍ਰੀਤ ਸਿੰਘ ਬਾਦਲ ਜੀ ਨੇ ਕਿਹਾ ਵੀ ਜੀ ਅਸੀਂ ਮੁਲਾਜ਼ਮਾਂ ਨਾਲ ਗੱਲ ਕਰ ਰਹੇ ਹਾਂ ਅਤੇ ਮੁਲਾਜ਼ਮਾਂ ਦੀਆਂ ਹੱਕਾਂ ਇਹ ਸਰਕਾਰ ਮੰਨੇਗੀ, ਮੁਲਾਜ਼ਮ ਸਾਡਾ ਇੱਕ ਹਿੱਸਾ ਨੇ, ਅਤੇ ਮੈਂ ਉਦੋਂ ਉੱਠ ਕੇ ਹੀ ਗੱਲ ਕਹੀ ਵੀ ਜੇ ਤੁਸੀਂ ਸੱਚੀ ਸੁਹਿਰਦ ਹੋ ਮੁਲਾਜ਼ਮਾਂ ਦੀਆਂ, ਤੁਸੀਂ DA ਵੀ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਦੀਆਂ ਹੋਰ ਵੀ ਮੰਗਾਂ ਪੂਰੀਆਂ ਕਰਨਾ ਚਾਹੁੰਦੇ ਹੋ ਤਾਂ ਉਹ ਪੈਸੇ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਪੈਸੇ ਜਿਹੜੀ ਇਹ ਐਲੋਕੇਸ਼ਨ ਦੇ ਵਿੱਚ ਵਾਧਾ ਕਰ ਦਿਓ, ਵੀ ਹੁਣ ਤੁਸੀਂ ਅਨਾਊਂਸ ਕਰ ਰਹੇ ਹੋ ਤਾਂ ਵਾਧਾ ਕਰ ਦਿਓ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਅੱਜ ਵੀ ਐਲੋਕੇਸ਼ਨ ਜਿਹੜੀ ਉਨੀ ਹੈ। ਸੋ ਇਹ ਗੱਲ ਸਪਸ਼ਟ ਹੈ ਵੀ ਨਾ ਤਾਂ
ਕੋਈ ਮੁਲਾਜ਼ਮਾਂ ਦੀ ਹੋਰ ਮੰਗ ਇਹਨਾਂ ਦੀ ਮੰਨਣ ਦੀ ਕੋਈ ਮਨਸ਼ਾ ਹੈ ਤੇ ਨਾ ਹੀ ਉਹਦੇ ਵਾਸਤੇ ਕੋਈ ਇਹਨਾਂ ਨੇ ਕੋਈ ਪੈਸਾ ਰੱਖਿਆ ਪੈਸਾ ਕੁਛ ਨਹੀਂ। ਚਲੋ ਇੱਕ ਆਖਰੀ ਸਵਾਲ, ਜਿਹੜੀਆਂ ਚੀਜ਼ਾਂ ਮੈਂ ਜਿਵੇਂ ਪਹਿਲਾਂ ਖੜਾਈਆਂ ਸੀਗੀਆਂ ਕਿ ਬੜੇ ਸਾਰੇ ਅੰਕੜੇ ਪੇਸ਼ ਕੀਤੇ ਗਏ ਨੇ, ਸਮਾਰਟ ਵਿਲੇਜ ਕੰਪੇਨ 2600 ਕਰੋੜ, ਨੈਸ਼ਨਲ ਹੈਲਥ ਮਿਸ਼ਨ ਦੇ ਲਈ 978 ਕਰੋੜ, ਕਿਸਾਨ ਕਰਜ਼ ਮਾਫੀ ਲਈ 3000 ਕਰੋੜ ਦੀ ਹੋਰ ਤਜਵੀਜ਼ ਰੱਖੀ ਗਈ ਹੈ, ਜਦੋਂ ਇਹਨਾਂ ਸਾਰੇ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇਹ ਸਮਝ ਆਉਂਦਾ ਕਿ ਇੱਕ ਮੋਟੀ ਰਕਮ ਚਾਹੀਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ। ਪਰ ਜਦੋਂ ਵਸੀਲੇ ਅਸੀਂ ਦੇਖਦੇ ਹਾਂ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਾਰਗੇਟ ਤਾਂ ਬਹੁਤ ਵੱਡੇ ਰੱਖੇ ਗਏ ਨੇ, ਅਚੀਵਮੈਂਟ ਕਿੰਨੀ ਹੁੰਦੀ ਹੈ ਉਹ ਵੱਖਰੀ ਗੱਲ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਆਸ ਅਤੇ ਉਮੀਦ ਕਿੰਨੀ ਹੈ? ਹਾਲਾਂਕਿ ਲੋਕਾਂ ਨੂੰ ਥੋੜ੍ਹੀ ਝਟਕਾ ਜ਼ਰੂਰ ਲੱਗੇਗਾ ਜੇਕਰ ਇਹ ਗੱਲਾਂ ਪੂਰੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਮੈਨੂੰ ਲੱਗਦਾ ਕਿ ਸਥਿਤੀ ਸਾਫ਼ ਲੋਕਾਂ ਦੇ ਸਾਹਮਣੇ ਜ਼ਰੂਰ ਹੋਣੀ ਚਾਹੀਦੀ ਹੈ। ਦੇਖੋ, ਮੈਂ ਇਹ ਸਮਝਦਾ ਵੀ ਇਹਨਾਂ 'ਚੋਂ ਜ਼ਿਆਦਾਤਰ ਜਿਹੜੀਆਂ ਨੇ, ਖਾਸ ਤੌਰ 'ਤੇ ਨਵੀਆਂ ਸਕੀਮਾਂ ਨੇ, ਉਹ ਪੂਰੀਆਂ ਕਰਨੀਆਂ ਮੁਸ਼ਕਿਲ ਨੇ। ਇਹਨਾਂ ਨੇ ਨਾ ਤਾਂ ਜਿਹੜੇ ਨੇ ਸਬਸਿਡੀ ਦੇ ਜਿਹੜੇ ਬਕਾਇਆ 4500 ਕਰੋੜ ਉਹਦੀ ਕੋਈ ਪ੍ਰੋਵੀਜ਼ਨ ਰੱਖੀ ਹੈ, ਸੋ ਉਹ ਵੀ ਇਹਨਾਂ ਨੂੰ ਦੇਣਾ ਪਏਗਾ। ਫਿਰ ਇਸੇ ਤਰ੍ਹਾਂ ਜਿਹੜਾ ਹੈ ਹੋਰ ਕਈ ਵੱਡੇ ਖਰਚੇ ਜਿਹੜੇ ਨੇ ਇਹਨਾਂ ਨੇ ਜਿੰਨੀ ਇਹ ਬੋਰੋ ਕਰ ਸਕਦੇ ਨੇ ਜੀ, ਉਹਦੇ ਨਾਲ ਵੱਧ 2200 ਕਰੋੜ ਵੱਧ ਦਿਖਾਇਆ ਵੀ ਅਸੀਂ ਕਰਜ਼ਾ ਲਵਾਂਗੇ, ਉਹਨਾਂ ਕਰਜ਼ਾ ਲੈ ਹੀ ਨਹੀਂ ਸਕਦੇ ਕਿਉਂਕਿ 3% ਤੋਂ ਵੱਧ ਸਰਕਾਰ ਬੋਰੋ ਨਹੀਂ ਕਰ ਸਕਦੀ। ਉਹ ਜਿਹੜਾ ਹੈ ਇਹਨਾਂ ਨੇ ਵੱਧ ਮੇਰੇ ਹਿਸਾਬ ਨਾਲ ਦਿਖਾਤਾ, ਸੋ ਤਕਰੀਬਨ ਲਗਭਗ ਜਿਹੜਾ ਹੈ ਕੁੱਲ ਆਮਦਨ ਦੇ ਵਿੱਚ 5000 ਕਰੋੜ ਰੁਪਏ ਇਹਨਾਂ ਦੀ ਸ਼ਾਰਟਫਾਲ ਕੁੱਲ ਜਿਹੜੀ ਰਹਿਣ ਦੀ ਜਿਹੜਾ ਖਦਸ਼ਾ ਹੈ, ਤੇ ਉਹਦੇ ਨਾਲ ਕਿਹੜੀਆਂ ਕਿਹੜੀਆਂ ਸਕੀਮਾਂ ਇਹ ਨਹੀਂ ਕਰਨਗੇ ਲਾਗੂ ਉਹ ਸਮਾਂ ਦੱਸੇਗਾ। ਹੁਣ ਅੱਗੇ ਸਰਕਾਰ ਤੇ ਹੁੰਦਾ ਵੀ ਕਿਹੜੀ ਲਾਗੂ ਕਰਨੀ ਹੈ ਤੇ ਕਿਹੜੀ ਸਕੀਮ ਛੱਡਣੀ ਹੈ, ਪਰ ਇੱਕ ਗੱਲ ਪੱਕੀ ਹੈ ਵੀ ਇਹਨਾਂ ਜਿਹੜੀਆਂ ਸਕੀਮਾਂ ਦੇ ਵਿੱਚੋਂ ਬਹੁਤੀਆਂ ਸਕੀਮਾਂ ਜਿਹੜੀਆਂ ਉਹ ਸ਼ਾਇਦ ਲਾਗੂ ਨਾ ਕਰ ਸਕਣ। ਅੱਛਾ, ਜਾਂਦਿਆਂ ਤੇ ਵੀ ਦੱਸੋ ਵੀ ਸਰਕਾਰ ਇਹ ਕਹਿੰਦੀ ਹੈ ਕਿ ਜਿਵੇਂ ਦੀ ਸਾਡੀ ਸਥਿਤੀ ਹੈ ਉਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਵੀ ਅਸੀਂ ਨਵਾਂ ਕੋਈ ਟੈਕਸ ਨਹੀਂ ਲਗਾਇਆ। ਜੇ ਤੁਸੀਂ ਇਸ ਨੂੰ ਦੇਖੋ ਤਾਂ ਕੋਈ ਟੈਕਸ ਨਵਾਂ ਹੈਗਾ ਹੀ ਨਹੀਂ, ਹਾਲਾਂਕਿ ਰਾਹਤ ਪੈਟਰੋਲ ਅਤੇ ਡੀਜ਼ਲ ਦੇ ਰੂਪ 'ਚ ਜ਼ਰੂਰ ਦਿੱਤੀ ਹੈ। ਦੇਖੋ, ਬਜਟ ਦੇ ਵਿੱਚ ਅਨਾਊਂਸਮੈਂਟ ਨਹੀਂ ਕੀਤੀ, ਪਰ ਮੇਰਾ ਸਵਾਲ ਲੱਗਿਆ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਸਾਡੇ ਰੈਵਨਿਊ ਮਿਨਿਸਟਰ ਸਾਹਿਬ ਨੂੰ ਵੀ ਤੁਸੀਂ ਜਿਹੜੀ ਆਮਦਨ ਘੱਟ ਰਹੀ ਹੈ ਉਹਨੂੰ ਪੂਰਾ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਹੋ? ਉਹ ਕਹਿੰਦੇ ਜੀ 1 ਅਪ੍ਰੈਲ ਤੋਂ ਜਿਹੜੇ ਸ਼ਹਿਰਾਂ ਦੇ ਵਿੱਚ ਰਜਿਸਟਰੀਆਂ ਹੁੰਦੀਆਂ ਉਹਦੇ 'ਤੇ 3% ਜਿਹੜੀ ਸਟੈਂਪ ਡਿਊਟੀ ਉਹ ਸਾਡੇ ਵਧਾਉਣ ਦੀ ਤਜਵੀਜ਼ ਹੈ 1 ਅਪ੍ਰੈਲ ਤੋਂ। 3% ਸੋ ਉਹ ਇਹਨਾਂ ਨੇ ਇਹ 'ਚ ਨਹੀਂ ਲਿਖਿਆ, ਪਰ ਇਹਨਾਂ ਨੇ ਬਜਟ ਉਹ 'ਚ ਵਿਧਾਨ ਸਭਾ ਸੈਸ਼ਨ 'ਚ ਮੰਨ ਲਿਆ ਕਿ ਅਸੀਂ 3% ਵਧਾਵਾਂਗੇ। ਇਸੇ ਤਰ੍ਹਾਂ ਪਿਛਲੇ ਸਾਲ ਵੀ ਇਹਨਾਂ ਨੇ ਕਿਹਾ ਵੀ ਅਸੀਂ ਕੋਈ ਟੈਕਸ ਨਹੀਂ, 2% ਇਹਨਾਂ ਨੇ ਜਿਹੜੀ ਹੈ ਉਹਦੀ ਇਲੈਕਟ੍ਰਿਸਿਟੀ ਡਿਊਟੀ ਵਧਾ ਦਿੱਤੀ, ਉਹਦਾ 2% ਜਿਹੜਾ ਉਹ ਵੀ ਬੋਝ ਲੋਕਾਂ 'ਤੇ ਪਿਆ, ਬਿਜਲੀ ਦੇ ਬਿੱਲ ਮਹਿੰਗੇ ਹੋ ਗਏ, ਅਤੇ IDSS ਰੂਰਲ ਡਿਵੈਲਪਮੈਂਟ ਫੰਡ ਉਹ ਸਾਰੇ ਪ੍ਰੋਫੈਸ਼ਨਲ ਫੰਡ ਤਾਂ ਚਲੋ ਬਜਟ ਦੇ ਵਿੱਚ ਰੱਖਿਆ ਸੀ, ਪਰ IDSS ਇਹਨਾਂ ਨੇ ਸਾਲ ਦੇ ਵਿੱਚ ਵਧਾਇਆ। ਰੂਰਲ ਡਿਵੈਲਪਮੈਂਟ ਫੰਡ 'ਤੇ ਜਿਹੜਾ ਨਵਾਂ ਸੈਸ ਲਾਇਆ ਉਹ ਜਿਹੜਾ ਲੁਕਵੇਂ ਜਿਹੜਾ ਇਹ ਕਰ ਦਿੰਦੇ ਨੇ ਸਾਲ ਦੇ ਵਿੱਚ। ਹੁਣ ਵੀ ਤੁਸੀਂ ਦੇਖੋਗੇ ਵੀ ਜਦ MP ਦੀਆਂ ਇਲੈਕਸ਼ਨਾਂ ਖਤਮ ਹੋਣਗੀਆਂ ਤਾਂ ਜ਼ਰੂਰ ਇਹ ਜਿਹੜੀ ਸਰਕਾਰ ਹੈ ਕੋਈ ਨਾ ਕੋਈ ਨਵਾਂ ਟੈਕਸ ਪੰਜਾਬ ਦੇ ਲੋਕਾਂ 'ਤੇ ਥੋਪੇਗੀ। ਜੀ, ਬਹੁਤ ਬਹੁਤ ਧੰਨਵਾਦ ਢੀਂਡਸਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਜਿਨ੍ਹਾਂ ਨੇ ਤੱਥਾਂ ਦੇ ਆਧਾਰ 'ਤੇ ਸਾਰੇ ਸਪਸ਼ਟੀਕਰਨ ਦਿੱਤੇ ਨੇ ਕਿ ਜਿਹੜੇ ਅੰਕੜੇ ਪੇਸ਼ ਕੀਤੇ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਅੰਕੜਿਆਂ ਦੀ ਸੱਚਾਈ ਕੀ ਹੈ। ਜਿੰਨੇ ਤੁਹਾਡੇ ਕੋਲ ਵਸੀਲੇ ਨੇ ਪਹਿਲਾਂ ਤਾਂ ਉਹ ਵਸੀਲੇ ਵਧਾ ਕੇ ਦਿਖਾਏ ਜਾਂਦੇ ਨੇ, ਫਿਰ ਉਹਨਾਂ ਵਧੇ ਹੋਏ ਵਸੀਲਿਆਂ ਦੇ ਅਨੁਸਾਰ ਹੀ ਬਜਟ ਤਿਆਰ ਕੀਤਾ ਜਾਂਦਾ। ਜਦੋਂ ਉਹ ਵਸੀਲੇ ਪੂਰੇ ਨਹੀਂ ਹੁੰਦੇ ਤਾਂ ਯਕੀਨਨ ਗੱਲ ਹੈ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਨੇ, ਜਿਹੜੀਆਂ ਤੁਸੀਂ ਸਕੀਮਾਂ ਦਾ ਐਲਾਨ ਕੀਤਾ ਉਹ ਪ੍ਰਭਾਵਿਤ ਹੋਣਗੀਆਂ ਹੀ ਹੋਣਗੀਆਂ, ਉਹ ਇਫੈਕਟ ਹੋਣਗੀਆਂ ਹੀ ਹੋਣਗੀਆਂ। ਔਰ ਜਿਸ ਤਰ੍ਹਾਂ ਢੀਂਡਸਾ ਸਾਹਿਬ ਨੇ ਦੱਸਿਆ ਕਿ ਪਿਛਲੀ ਵਾਰੀ ਜਿੰਨਾ ਟਾਰਗੇਟ ਲੋਸ ਹੋਇਆ ਔਰ ਇਸ ਵਾਰ ਵੀ ਇਹ ਅਨੁਮਾਨ ਲਾਇਆ ਜਾ ਰਿਹਾ, ਖਦਸ਼ਾ ਕਿ ਇਹ ਲੋਸ ਹੋਏਗਾ, ਟਾਰਗੇਟ ਅਚੀਵ ਨਹੀਂ ਹੋਣਾ। ਜੇ ਟਾਰਗੇਟ ਉਹਨਾਂ ਅਚੀਵ ਨਹੀਂ ਹੋਣਾ ਤਾਂ ਜਿਹੜੇ ਵਾਅਦੇ ਜਿਹੜੀਆਂ ਸਕੀਮਾਂ ਦਾ ਐਲਾਨ ਕੀਤਾ ਉਹ ਪੂਰੀਆਂ ਕਿਵੇਂ ਹੋਣਗੀਆਂ? ਇਹ ਸਭ ਕੁਛ ਅਸੀਂ ਸਮੇਂ 'ਤੇ ਛੱਡ ਦਿੰਦੇ, ਆਉਣ ਵਾਲੇ ਸਮੇਂ 'ਚ ਸੱਚਾਈ ਹੈ ਜਿਹੜੀ ਉਹ ਸਭ ਦੇ ਸਾਹਮਣੇ ਆ ਜਾਏਗੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।